ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅਕਾਲ ਚੈਨ ਸਕਾਈ 843 'ਤੇ ਸਵਾਗਤ ਹੈ ਆਪ ਜੀ ਦਾ ਪ੍ਰੋਗਰਾਮ ਸਿੱਖੀ ਦੀ ਦਾਸਤਾਨ ਦੇ ਵਿੱਚ। ਜਿਵੇਂ ਕਿ ਆਪਾਂ ਪਿਛਲੇ ਵੀਕਾਂ ਦੇ ਵਿੱਚ ਜ਼ਿਕਰ ਕਰਕੇ ਆਏ ਕਿ 1675 ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਜਦੋਂ ਸ਼ਹਾਦਤ ਹੁੰਦੀ ਹੈ, ਉਸ ਤੋਂ ਬਾਅਦ ਤੋਂ ਲੈ ਕੇ 1699 ਤੱਕ ਦਾ ਜਿਹੜਾ ਇਤਿਹਾਸ ਹੈ ਅਸੀਂ ਉਹ ਤੁਹਾਡੇ ਸਾਹਮਣੇ ਰੱਖਾਂਗੇ, ਕਿਉਂਕਿ ਇਹ ਸਾਰੇ ਇਤਿਹਾਸ ਦੇ ਵਿੱਚ ਬਹੁਤ ਸਾਰੇ ਜਿਹੜੇ ਪਲ ਇਹੋ ਜਿਹੇ ਹੈਗੇ ਨੇ, ਜਿਹੜੇ ਬਹੁਤ ਸਾਰਾ ਇਤਿਹਾਸ ਇਹੋ ਜਿਹਾ ਹੈਗਾ ਜਿਹੜਾ ਸੰਗਤਾਂ ਦੇ ਸਾਹਮਣੇ ਸਾਡੇ ਵਿਊਰਸ ਦੇ ਸਾਹਮਣੇ ਨਹੀਂ ਰੱਖਿਆ ਗਿਆ। ਇਸ ਦੇ ਵਿੱਚੋਂ ਸਾਨੂੰ ਬਹੁਤ ਕੁਛ ਸਿੱਖਣ ਨੂੰ ਮਿਲੇਗਾ, ਹੋਰ ਬਹੁਤ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਕਲੀਅਰ ਹੋਣਗੀਆਂ। ਅਤੇ ਇਸ ਤੋਂ ਬਾਅਦ ਜੇ ਆਪਾਂ ਗੱਲਬਾਤ ਕਰੀਏ ਕਿ ਜੋ ਸਾਡੇ ਵਿਰੋਧੀ ਨੇ ਕਿਸ ਤਰੀਕੇ ਦੇ ਨਾਲ ਉਹ ਸਾਨੂੰ ਮੂਰਖ ਬਣਾ ਰਹੇ ਨੇ, ਕਿਸ ਤਰੀਕੇ ਦੇ ਨਾਲ ਇਤਿਹਾਸ ਦੇ ਵਿੱਚ ਜਿਹੜੀ ਹੈ ਛੇੜਛਾੜ ਉਹ ਕੀਤੀ ਜਾ ਰਹੀ ਹੈ। ਅਤੇ ਉਸ ਤੋਂ ਪਹਿਲਾਂ ਜਿਹੜੀ ਇੱਕ ਇੰਪੋਰਟੈਂਟ ਗੱਲ ਜਿਹੜੀ ਕਰਨ ਵਾਲੀ ਹੈਗੀ ਹੈ ਸਿੱਖ ਪ੍ਰਚਾਰਕਾਂ ਦੀ, ਅਜੋਕੇ ਸਿੱਖ ਪ੍ਰਚਾਰਤੀ ਅਤੇ ਅਜੋਕੇ ਸਿੱਖ ਪ੍ਰਚਾਰਕਾਂ ਦੀ ਗੱਲ ਜਿਹੜੀ ਉਹ ਵੀ ਤੁਹਾਡੇ ਨਾਲ ਅਸੀਂ ਕਰਾਂਗੇ। ਅਤੇ ਜੇ ਆਪਾਂ ਗੱਲਬਾਤ ਕਰੀਏ ਕਿ ਜਿਹੜੀ ਅੱਜ ਕੱਲ੍ਹ ਦੀ ਪ੍ਰਚਾਰ ਸ਼੍ਰੇਣੀ ਹੈਗੀ ਹੈ, ਸਿੱਖੀ ਦਾ ਪ੍ਰਚਾਰ ਕਰਨ ਵਾਲੇ ਬਹੁਤ ਥੋੜ੍ਹੇ ਰਹਿ ਗਏ ਹਨ। ਜਿਹੜੇ ਸਿੱਖ ਸਿਧਾਂਤਾਂ ਦੀ ਸੱਚੀ ਸੁੱਚੀ ਪਹਿਰੇਦਾਰੀ ਕਰਦੇ ਹਨ, ਉਹਨਾਂ ਨੂੰ ਸਮਾਗਮਾਂ ਦੇ ਜਿਹੜੇ ਪ੍ਰਬੰਧਕ ਨੇ ਉਹ ਖੂੰਜੇ ਲਗਾ ਦਿੰਦੇ ਨੇ। ਬਾਕੀ ਪ੍ਰਚਾਰਕ ਉਹੀ ਕੁਛ ਕਰਦੇ ਹਨ ਜੋ ਹਿੰਦੂਤਵ ਪੱਖ ਪੂਰਦਾ ਹੈ। ਜਿਹੜੇ ਸਿੱਖ ਨੇ ਕਦੇ ਰਮਾਇਣ ਮਹਾਭਾਰਤ ਦੇ ਗ੍ਰੰਥ ਨਹੀਂ ਪੜ੍ਹੇ, ਉਸ ਨੂੰ ਵੀ ਪੂਰੀ ਰਮਾਇਣ ਦੀ ਕਥਾ ਅਤੇ ਮਹਾਭਾਰਤ ਦੀ ਕਥਾ ਚੇਤੇ ਹੈ, ਕਿਉਂਕਿ ਸਿੱਖ ਪ੍ਰਚਾਰਕ ਇਹਨਾਂ ਗ੍ਰੰਥਾਂ ਦੇ ਹੀ ਪ੍ਰਚਾਰ ਕਰਦੇ ਹਨ। ਜਿੱਥੇ ਵੀ ਗੁਰਬਾਣੀ ਦੇ ਵਿੱਚ ਰਾਮਚੰਦਰ, ਕ੍ਰਿਸ਼ਨ, ਬ੍ਰਹਮਾ, ਵਿਸ਼ਨੂੰ, ਸ਼ਿਵ ਅਤੇ ਹੋਰ ਕਿਸੇ ਦੇਵੀ ਦੇਵਤੇ ਦਾ ਜ਼ਿਕਰ ਆ ਜਾਵੇ, ਭਾਵੇਂ ਗੁਰਬਾਣੀ ਵਿੱਚ ਉਸ ਨੂੰ ਰੱਦ ਹੀ ਨਾ ਕੀਤਾ ਹੋਵੇ, ਉਸ ਦਾ ਜਿਹੜਾ ਹੈਗਾ ਪ੍ਰਚਾਰ ਸਾਡੇ ਪ੍ਰਚਾਰਕ ਇਸ ਤਰੀਕੇ ਦੇ ਨਾਲ ਕਰਦੇ ਹਨ ਕਿ ਜਿਹੜੀ ਸੰਗਤ ਬੈਠੀ ਹੁੰਦੀ ਹੈ ਉਹ ਪੂਰੇ ਤਰੀਕੇ ਦੇ ਨਾਲ ਉਹਨਾਂ ਦੇ ਨਾਲ ਜੁੜ ਜਾਂਦੀ ਹੈ। ਸਾਡੇ ਪ੍ਰਚਾਰਕ ਇੰਨੇ ਸ਼ਰਧਾਵਾਨ ਹੋ ਜਾਂਦੇ ਹਨ ਕਿ ਹਿੰਦੂ ਨਾਇਕਾਂ ਦੀ ਦਾਸਤਾਨ ਸੁਣਾਉਂਦੇ ਸੁਣਾਉਂਦੇ ਇੰਨੇ ਜ਼ਿਆਦਾ ਲੀਨ ਹੋ ਜਾਂਦੇ ਹਨ ਕਿ ਉਹਨਾਂ ਨੂੰ ਜਿਹੜੇ ਆਪਣੇ ਸਿਧਾਂਤ ਨੇ ਉਹ ਭੁੱਲ ਜਾਂਦੇ ਨੇ। ਜੇ ਅੱਜ ਸਿੱਖ ਘਰਾਂ ਦੇ ਵਿੱਚ ਜਨਮੇ ਪੜ੍ਹੇ ਲਿਖੇ ਨੌਜਵਾਨ ਲੋਕਾਂ ਨੂੰ ਗੁਰੂ ਸਾਹਿਬ ਦੇ ਪਰਿਵਾਰ ਦਾ ਇਤਿਹਾਸ, ਸਿੱਖ ਇਤਿਹਾਸ, ਸਿੱਖ ਨਾਇਕਾਂ ਦੀ ਜਾਣਕਾਰੀ ਬਾਰੇ ਨਹੀਂ ਪਤਾ, ਤਾਂ ਇਸ ਦੀ ਜ਼ਿੰਮੇਵਾਰੀ ਕਿਤੇ ਨਾ ਕਿਤੇ ਸਿੱਖ ਪ੍ਰਚਾਰਕਾਂ ਦੀ ਹੈ ਕਿ ਉਹਨਾਂ ਨੇ ਇਤਿਹਾਸ ਨੂੰ ਇਸ ਤਰੀਕੇ ਦੇ ਨਾਲ ਨਹੀਂ ਪ੍ਰਚਾਰਿਆ। ਪਰ ਜਿਹੜੇ ਵਿਚਾਰੇ ਖੁਦ ਹੀ ਸਿੱਖੀ ਦਾ ਹਿੰਦੂ ਮਤ ਦਾ ਪ੍ਰਚਾਰ ਕਰੀ ਜਾਂਦੇ ਨੇ, ਉਹਨਾਂ ਨੇ ਸਿੱਖ ਸੰਗਤ ਨੂੰ ਸੇਧ ਕੀ ਦੇਣੀ ਹੈ? ਬਹੁਤੇ ਗੁਰਦੁਆਰਿਆਂ ਵਿੱਚ ਹੋਣ ਵਾਲਾ ਪ੍ਰਚਾਰ ਸੁਣ ਕੇ ਜਾਪਦਾ ਹੈ ਜਿਵੇਂ ਆਪਾਂ ਕਿਸੇ ਮੰਦਰ ਦੇ ਵਿੱਚ ਬੈਠੇ ਹੋਈਏ। ਸਿੱਖ ਧਰਮ ਦਾ ਫਲਸਫਾ ਅਤੇ ਇਤਿਹਾਸ ਇਹਨਾਂ ਨੂੰ ਨਹੀਂ ਪਤਾ ਜਾਂ ਇਹ ਦੱਸਣਾ ਨਹੀਂ ਚਾਹੁੰਦੇ, ਇਸ ਦੇ ਬਾਰੇ ਜਿਹੜੀ ਗੱਲਬਾਤ ਹੈ ਉਹ ਅਸੀਂ ਅੱਗੇ ਜਾ ਕੇ ਤੁਹਾਡੇ ਨਾਲ ਡਿਸਕਸ ਕਰਾਂਗੇ। ਕਈ ਕੀਰਤਨੀਏ, ਰਾਗੀ ਅਤੇ ਕਥਾਵਾਚਕ ਤਾਂ ਸਿੱਖ ਨੌਜਵਾਨਾਂ ਵਿੱਚ ਬਹੁਤ ਹੀ ਬਦਨਾਮ ਹਨ, ਕਿਉਂਕਿ ਉਹ ਸਿੱਖੀ ਦੀ ਕੋਈ ਗੱਲ ਨਹੀਂ ਸੁਣਾਉਂਦੇ, ਪਰ ਹਿੰਦੂ ਇਤਿਹਾਸ ਉਹ ਆਪ ਵੀ ਬਹੁਤ ਜਾਣਦੇ ਹਨ ਅਤੇ ਉਹ ਉਸ ਦਾ ਪ੍ਰਚਾਰ ਵੀ ਕਰਦੇ ਹਨ। ਸਿੱਖ ਸਿਧਾਂਤਾਂ ਦੀ ਗੱਲ ਕਿਤੇ ਨਾ ਕਿਤੇ ਦੂਰ ਚਲੀ ਗਈ ਹੈ। ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ, ਜਿੰਨੇ ਵੀ ਦੇਵੀ ਦੇਵਤੇ ਨੇ ਅਸੀਂ ਉਹਨਾਂ ਦੇ ਧਰਮ ਦੇ ਹਿਸਾਬ ਨਾਲ ਸਤਿਕਾਰ ਕਰਦੇ ਹਾਂ। ਪਰ ਜੇ ਕੋਈ ਸਾਨੂੰ ਇਹ ਕਹੇਗਾ ਕਿ ਤੁਸੀਂ ਵੀ ਉਹਨਾਂ ਨੂੰ ਮੰਨੋ, ਇਹ ਸਾਡੇ ਗੁਰੂ ਸਾਹਿਬ ਨੇ ਸਾਨੂੰ ਇਜਾਜ਼ਤ ਨਹੀਂ ਦਿੱਤੀ ਅਤੇ ਉਹਨਾਂ ਨੇ ਇਸ ਚੀਜ਼ ਦਾ ਸਿੱਖ ਨੂੰ ਵਿਪਰਨ ਦੀ ਰੀਤ ਕਹਿ ਕੇ ਇਸ ਨੂੰ ਪੂਰੀ ਮਨਾਈ ਕੀਤੀ ਹੈ। ਸਾਡੇ ਨਾਲ ਹਮੇਸ਼ਾ ਦੀ ਤਰ੍ਹਾਂ ਸਟੂਡੀਓ ਦੇ ਵਿੱਚ ਨੇ ਜੈ ਧਰਮਿੰਦਰ ਸਿੰਘ ਜੀ, ਖੈਰ ਆਓ, ਇਹਨਾਂ ਦਾ ਸਵਾਗਤ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੈਦਰ ਜੀ, ਆਪਾਂ ਗੱਲਬਾਤ ਕਰਨੀ ਹੈ ਅਜੋਕੇ ਸਿੱਖ ਪ੍ਰਚਾਰ ਦੀ, ਅਜੋਕੀ ਸਿੱਖ ਪ੍ਰਚਾਰਕ ਸ਼੍ਰੇਣੀ ਦੀ, ਕਿਸ ਤਰੀਕੇ ਦੇ ਨਾਲ ਤੁਸੀਂ ਇਸ ਨੂੰ ਲਓਗੇ? ਦੇਖੋ ਸਰਦਾਰ ਜਗਜੀਤ ਸਿੰਘ, ਜਿਹੜੀ ਆਪਣੇ ਪਹਿਲਾਂ ਗੱਲ ਕੀਤੀ ਹੈ ਨਾ ਜੀ, ਕਿ ਜਿਹੜਾ ਪ੍ਰਚਾਰ ਹੋ ਰਿਹਾ ਇਹਦੇ 'ਚ ਇੰਪਰੈਸ਼ਨ ਇਹ ਜਾ ਰਿਹਾ ਵੀ ਜਿੱਦਾਂ ਰਮਾਇਣ ਦੀ ਜਾਂ ਮਹਾਂਭਾਰਤ ਦੀ ਕਥਾ ਕਰ ਜੀ, ਇਹਦੇ 'ਚ ਜਿਹੜੇ ਕੁਛ ਇਤਿਹਾਸਕ ਨਾਂ ਸ੍ਰੀ ਗੁਰੂ ਗ੍ਰੰਥ ਸਾਹਿਬ 'ਚ ਆਉਂਦੇ ਹੈ, ਹਾਂਜੀ, ਉਹ ਕਿਉਂ ਆਉਂਦੇ ਹੈ? ਇਹਦਾ ਜਿੰਨੇ ਵੀ ਗੁਰੂ ਗ੍ਰੰਥ ਸਾਹਿਬ 'ਚ ਟੋਟਲ ਸ਼ਬਦ ਆ, ਇਹਨਾਂ ਵੈਸੇ 5893 ਗਿਣਦੇ ਆ ਜੀ, ਇਹਦੇ 'ਚੋਂ 101 ਦੇ ਕਰੀਬ ਸ਼ਬਦ ਕੁਛ ਐਸੇ ਆ ਜਿਹੜੇ ਗੱਲ ਸਮਝਾਉਣ ਲਈ ਵਰਤੇ ਗਏ, ਜਿਨ੍ਹਾਂ 'ਚ ਪੁਰਾਣਕ ਕਥਾਵਾਂ ਦੇ ਪਾਤਰਾਂ ਦੇ ਜੀਵਨ ਦਾ ਪੱਖ ਉਜਾਗਰ ਕਰਨ ਲਈ ਜੀ ਜਾਂ ਸਮਝਾਉਣ ਲਈ ਵੀ ਉਹਨਾਂ ਨੇ ਕੀ ਕੀਤਾ ਅਤੇ ਉਹਦਾ ਰਿਜ਼ਲਟ ਕੀ ਨਿਕਲਿਆ ਜੀ। ਇਸ ਗੱਲ ਸਮਝਾਉਣ ਲਈ ਗੁਰੂ ਸਾਹਿਬ ਨੇ ਕੁਛ ਇਹ ਸਾਰੇ ਗੁਰੂ ਗ੍ਰੰਥ ਸਾਹਿਬ ਦਾ ਕੋਈ 0.57 ਹਿੱਸਾ ਬਣਦਾ, ਠੀਕ ਹੈ, ਅੱਧੇ ਅੱਧਾ ਪੁਆਇੰਟ ਬਣਦਾ ਜੀ ਜੀ, ਪੂਰੇ ਗੁਰੂ ਘੱਟ ਜਾਣੀ ਹੈ, ਅੱਧੇ ਤੋਂ ਵੀ ਘੱਟ ਜੀ। ਉਹ ਸਿਰਫ ਇਹ ਗੱਲ ਸਮਝਾਉਣ ਲਈ, ਕਿਉਂਕਿ ਜਿਹੜਾ ਪੁਰਾਤਨ ਇਹਨਾਂ ਦਾ ਮਿਥਿਹਾਸਕ ਆ ਹਾਂਜੀ, ਉਹ ਹਰ ਬੰਦੇ ਦੇ ਦਿਮਾਗ 'ਤੇ ਆ, ਉਹਨਾਂ ਨੂੰ ਚੇਤੇ ਆ, ਕਿਉਂਕਿ ਉਹ
ਹਜ਼ਾਰਾਂ ਸਾਲਾਂ ਤੋਂ ਇਹ ਪ੍ਰਚਾਰ ਦੇ ਚੱਲੇ ਆ ਰਹੇ ਹਾਂ ਜੀ। ਗੁਰੂ ਸਾਹਿਬ ਨੇ ਸਿਰਫ ਉਹ ਗੱਲ ਸਮਝਾਉਣ ਲਈ ਉਹਨਾਂ ਦੇ ਨਾਂ ਵਰਤੇ, ਲੇਕਿਨ ਇਹਦਾ ਇਹ ਮਤਲਬ ਨਹੀਂ ਵੀ ਇਹ ਅਸੀਂ ਰਮਾਇਣ ਦਾ ਜਾਂ ਮਹਾਂਭਾਰਤ ਦਾ ਪ੍ਰਚਾਰ ਕਰਨਾ ਸ਼ੁਰੂ ਕਰ ਦਈਏ। ਇੱਕ ਮਿਸਾਲ ਹੈ, ਜਿੱਦਾਂ ਆਪਾਂ ਇੱਕ ਸ਼ਬਦ ਹੀ ਦਿੰਦੇ ਹਾਂ ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਸ਼ਬਦ 'ਚ ਹਿੰਦੂ ਮਿਥਿਹਾਸ ਦੀਆਂ ਮਿਸਾਲਾਂ ਦੇ ਕੇ, ਹਾਂਜੀ ਹੈ ਤਾਂ ਮਿਥਿਹਾਸ ਹੀ ਨਾ ਜੀ ਆਪਾਂ ਇਹ 'ਚ ਬਾਤ ਆਉਂਦੇ ਹਾਂ। ਉਹ ਹੁਣ ਜਿਹੜਾ ਮਿਥਿਹਾਸ ਲੋਕਾਂ ਦੀਆਂ, ਜਦੋਂ ਗੁਰੂ ਨਾਨਕ ਸਾਹਿਬ ਦਾ ਆਗਮਨ ਹੁੰਦਾ ਤਾਂ ਉਹ ਸਾਰੇ ਲੋਕਾਂ ਦੀਆਂ ਜ਼ਬਾਨਾਂ 'ਤੇ ਚੜ੍ਹਿਆ ਹੋਇਆ। ਬਿਲਕੁਲ, ਗੁਰੂ ਸਾਹਿਬ ਨੇ ਸਿਰਫ ਸਮਝਾਉਣ ਲਈ ਉਹ ਮਿਥਿਹਾਸਕ ਨਾਵਾਂ ਦੀ ਵਰਤੋਂ ਕੀਤੀ। ਹਾਂਜੀ, ਇੱਕ ਆ ਜਿਹੜਾ ਸ਼ਬਦ ਆਪਾਂ ਸਾਰੇ ਪੜ੍ਹਦੇ ਹਾਂ, ਕਈ ਵਾਰੀ ਪੜ੍ਹਿਆ, ਇਹਦੇ 'ਚ ਹੁਣ ਕਰੀਬ ਕਰੀਬ ਸਾਰੇ ਉਹ ਮਿਥਿਹਾਸਕ ਨਾਂ ਵਿੱਚ ਆਉਂਦੇ ਆ। ਸਹੰਸਰ ਦਾਨ ਦੇ ਇੰਦਰ ਰੋਇਆ, ਪਰਸ ਰਾਮ ਰੋਵੇ ਘਰ ਆਇਆ, ਅਜੇ ਸੋ ਰੋਵੇ ਭੀਖਿਆ ਖਾਏ, ਐਸੀ ਦਰਗਾਹ ਮਿਲੇ ਸਜਾਏ, ਰੋਵੇ ਰਾਮ ਨਿਕਾਲਾ ਭਇਆ, ਸੀਤਾ ਲਖਮਣ ਵਿਛੜ ਗਿਆ, ਰੋਵੇ ਦੈਸਰ ਲੰਕ ਗਵਾਏ, ਜਿਨ ਸੀਤਾ ਆਦਿ ਡੋਰੂ ਵਾਏ, ਰੋਵੇ ਪਾਂਡਵ ਭੈ ਮਜੂਰ, ਜਿਨ ਕੇ ਸਵਾਮੀ ਰਹਿਤ ਹਦੂਰ, ਰੋਵੇ ਜਨਮੇਜਾ ਖੋਏ ਗਿਆ, ਏਕੀ ਕਾਰਨ ਪਾਪੀ ਭਇਆ, ਰੋਵੇ ਸੇਕ ਮਸਾਇਕ ਪੀਰ, ਅੰਤ ਕਾਲ ਮਤ ਲਾਗੇ ਭੀੜ, ਰੋਵੇ ਰਾਜੇ ਕੰਨ ਪੜਾਏ, ਘਰ ਘਰ ਮੰਗੇ ਭੀਖਿਆ ਜਾਏ, ਰੋਵੇ ਕਿਰਪਨ ਸੰਚੇ ਧਨ ਜਾਏ, ਪੰਡਿਤ ਰੋਵੇ ਗਿਆਨ ਗਵਾਏ, ਬਾਲੀ ਰੋਵੇ ਨਾਏ ਪਤਾਰ, ਨਾਨਕ ਦੁਖੀਆ ਸਭ ਸੰਸਾਰ, ਮੰਨੇ ਨਾਉ ਸੋਈ ਜਿਣ ਜਾਣੇ ਜਾਏ, ਔਰੀ ਕਰਮ ਨਾ ਲੇਖੇ ਲਾਏ। ਹੁਣ ਇਹ ਬੜੀ ਇੱਕ ਸਪਸ਼ਟ ਗੱਲ ਆ ਕਿ ਸਾਰੀਆਂ ਮਿਥਿਹਾਸਕ ਹਵਾਲਾਂ ਦੇ ਕੇ, ਹਾਂਜੀ, ਗੁਰੂ ਸਾਹਿਬ ਨੇ ਕਿਹਾ ਵੀ ਇੱਕ ਜਿਹੜਾ ਪਰਮਾਤਮਾ ਦਾ ਨਾਂ ਆ ਉਹ ਹੀ ਸੁਖਦਾਈ ਹੈ। ਬਿਲਕੁਲ, ਇਹ ਮਿਥਿਹਾਸਕ ਹਵਾਲਾਂ ਦਾ ਮਤਲਬ ਇਹ ਨਹੀਂ ਕਿ ਗੁਰੂ ਸਾਹਿਬ ਨੇ ਰਾਮ ਰਾਣੇ ਜੀ ਜਾਂ ਉਹਨਾਂ ਨੂੰ ਮੰਨ ਲਿਆ। ਇਹਦੇ 'ਚ ਜਿਹੜੀ ਸਾਡਾ ਗੁਰਬਾਣੀ ਦਾ ਇਸ ਵੇਲੇ ਜਿਹੜੇ ਨਾ ਬਹੁਤ ਘੱਟ ਵਿਦਵਾਨ ਆ ਜਿਨ੍ਹਾਂ ਨੇ ਕਿਹਾ ਵੀ ਇਹ ਨਾਂ ਵਿੱਚ ਜੇ ਆਏ ਜੀ ਅਤੇ ਇਹਨਾਂ ਨਾਵਾਂ ਨੂੰ ਗੁਰਬਾਣੀ ਨੇ ਕਿੱਦਾਂ ਲਿਆ ਜਾਂ ਅਸੀਂ ਕਿੱਦਾਂ ਲੈਣਾ ਗੱਲ ਸਮਝਾਉਣ ਲਈ ਹੈ। ਇਹ ਹੁਣ ਪ੍ਰਿੰਸੀਪਲ ਲਾਭ ਸਿੰਘ ਹੋਏ ਵੈਸੇ ਹੁਣ ਚੜ੍ਹਾਈ ਕਰ ਗਏ ਜੀ, ਇਹ ਕੁਛ ਹਿੰਦੂ ਸੰਗਠਨਾਂ ਨੇ, ਦੇਖੋ ਮੈਂ ਫਿਰ ਬੇਨਤੀ ਕਰਾਂ, ਸਾਡਾ ਕੰਮ ਤਾਂ ਹੈ ਕਿ ਹਿੰਦੂ ਸਿੱਖ ਹੀ ਨਹੀਂ ਈਸਾਈ ਮੁਸਲਮਾਨ ਸਾਰੇ ਪਿਆਰ ਨਾਲ ਰਹਿਣ, ਇਹ ਸਾਨੂੰ ਸਾਡਾ ਧਰਮ ਸਿਖਾਉਂਦਾ, ਸਾਡਾ ਪ੍ਰਚਾਰ ਵੀ ਇਹੀ ਹੈ। ਬਿਲਕੁਲ, ਲੇਕਿਨ ਜਦੋਂ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਮਿਲ ਗੋਭਾ ਕਰਨ ਦੀ ਗੱਲ ਆਉਂਦੀ ਤਾਂ ਉੱਥੇ ਅਸੀਂ ਕਹਿੰਦੇ ਭਾਈ ਇਹ ਗੱਲ ਨਹੀਂ ਹੈ, ਹਿੰਦੂ ਧਰਮ ਵੱਖਰਾ ਸਿੱਖ ਧਰਮ ਵੱਖਰਾ, ਗੱਲ ਇੰਨੀ ਕਹਿ ਜੀ। ਉਹਦੇ 'ਚ ਇਹਨਾਂ ਨੇ ਇੱਕ ਹਿੰਦੂ ਸੰਗਠਨਾਂ ਨੇ ਰਜਿੰਦਰ ਸਿੰਘ ਨਰਾਲਾ ਉਹਦੇ ਕੋਲੋਂ ਕੋਈ ਕਿਤਾਬ ਲਿਖਾਈ ਕਿ ਹਮ ਹਿੰਦੂ ਹੈ, ਠੀਕ। ਉਹਦੇ ਜਵਾਬ 'ਚ ਪ੍ਰਿੰਸੀਪਲ ਲਾਭ ਸਿੰਘ ਨੇ ਲਿਖੀ ਹੈਡਿੰਗ, ਵੈਸੇ ਤਾਂ ਭਾਈ ਕਾਨ ਸਿੰਘ ਨਾਭਾ ਉਹਨਾਂ ਨੇ 1898 'ਚ ਕਿਤਾਬ ਲਿਖੀ, ਪਰ ਇਹ ਹੋਰ ਆ, ਠੀਕ ਹੈ। ਇਹਦੇ 'ਚ ਉਹਨਾਂ ਨੇ ਫਿਰ ਗੁਰਬਾਣੀ 'ਚੋਂ ਸਾਰੇ ਹਵਾਲੇ ਦੇ ਕੇ ਨਾ ਇਹਦਾ ਵੀ ਹਮ ਹਿੰਦੂ ਨਹੀਂ ਰੱਖਿਆ ਜੀ, ਪ੍ਰਿੰਸੀਪਲ ਲਾਭ ਸਿੰਘ ਵਾਲੀ ਕਿਤਾਬ, ਠੀਕ ਹੈ। ਮੈਂ ਅਗਲੀ ਹੋਰ ਬੇਨਤੀ ਕਰਾਂ ਕਿ ਮੈਂ ਇਹ ਕਿਤਾਬਾਂ ਅਕਾਲ ਚੈਨਲ 'ਤੇ 15-20 ਛੱਡ ਦੂੰਗਾ ਜੀ। ਬੇਨਤੀ ਹੈ ਸਾਰੇ ਪ੍ਰਚਾਰਕਾਂ ਨੂੰ ਕੋਈ ਲਓ ਤਾਂ ਇੱਥੋਂ ਅਕਾਲ ਚੈਨਲ ਤੋਂ ਜਾ ਕੇ ਤੁਸੀਂ ਪੜ੍ਹ ਸਕਦੇ। ਹੁਣ ਆਪਾਂ ਇੱਥੇ ਆਉਂਦੇ ਹਾਂ ਜੀ। ਪਰਮਾਤਮਾ ਦੇ ਨਾਮ ਅਨੇਕ ਅਤੇ ਅਸੰਖ ਹੈ, ਬਿਲਕੁਲ, ਉਹਨਾਂ ਦੇ ਨਾਂ ਜਿੰਨੇ ਮਰਜ਼ੀ ਹੈ ਨਾ। ਜੇ ਉਸ ਨੂੰ ਕੋਈ ਬ੍ਰਹਮਾ ਵਿਸ਼ਨੂੰ ਜਾਂ ਸ਼ਿਵ ਸ਼ਿਵਾ ਦੇ ਨਾਮ ਨਾਲ ਯਾਦ ਕਰਦਾ ਹਾਂਜੀ ਤਾਂ ਕਿਸੇ ਨੂੰ ਇਹ 'ਤੇ ਕੋਈ ਇਤਰਾਜ਼ ਨਹੀਂ ਹੈ ਜੀ। ਪਰ ਸ਼ਰਤ ਇਹ ਹੈ ਕਿ ਅਜਿਹੇ ਨਾਮ ਦੇ ਪਿਛੋਕੜ ਵਿੱਚ ਜੋ ਗੁਰਬਾਣੀ ਦਾ ਸਿਧਾਂਤ ਆ, ਅਸੀਂ ਪਰਮਾਤਮਾ ਕਿਹਨੂੰ ਮੰਨਦੇ ਹਾਂ, ਬਿਲਕੁਲ ਕਿਸੇ ਇਸ ਇਤਰਾਜ਼ ਨਹੀਂ ਹੁੰਦਾ। ਪਰ ਸ਼ਰਤ ਇਹ ਹੈ ਕਿ ਅਜਿਹੇ ਨਾਮ ਦੇ ਪਿਛੋਕੜ ਵਿੱਚ ਸੰਕਲਪ ਕਿਸੇ ਸਮੇਂ ਸਥਾਨ ਦੀ ਸੀਮਾ ਵਿੱਚ ਬੱਝੇ ਬਿਨ ਸਹਾਰ ਸੀਮਤ ਸਮਰੱਥਾਂ ਦੇ ਗੁਣਾਂ ਦੇ ਧਾਰਨੀ ਜੇ ਕਿਸੇ ਕਲਪਤ ਦੇਵੀ ਦੇਵਤੇ ਦਾ ਨਾਂ ਨਹੀਂ ਹੋਣਾ ਚਾਹੀਦਾ ਜੀ। ਸਗੋਂ ਅਜਿਹਾ ਅਵਿਨਾਸ਼ੀ ਅਕਾਲ ਪੁਰਖ ਅਜੋਨੀ ਅਤੇ ਸਰਵਵਿਆਪ ਸਰਵ ਸ਼ਕਤੀਮਾਨ ਸਿਰਜਣਹਾਰ ਅਕਾਲ ਪੁਰਖ ਦਾ ਲਖਾਇਕ ਹੋਣਾ ਜ਼ਰੂਰੀ ਹੈ ਜੀ। ਹੁਣ ਉਹ ਕੇਵਲ ਅਤੇ ਕੇਵਲ ਲਖਾਇਕ ਹੁੰਦਾ ਸਾਡੇ ਮੂਲ ਮੰਤਰ 'ਚ,
ਸਿੱਖ ਧਰਮ ਦੇ ਮੂਲ ਮੰਤਰ 'ਚ ਅਸੀਂ ਉਸ ਅਕਾਲ ਪੁਰਖ ਨੂੰ ਉਸ ਪਰਮਾਤਮਾ ਦੀ ਹੋਂਦ ਨੂੰ ਮੰਨਦੇ ਹਾਂ। ਬਿਲਕੁਲ। ਇਹ ਜਿਹੜੇ ਨਾਂ ਆ ਨਾ ਆਉਣ ਇਹ ਉਹ ਆਪਣੇ ਦੇਵੀ ਦੇਵਤਿਆਂ ਨੂੰ ਇਹਨਾਂ ਨਾਵਾਂ ਨਾਲ ਯਾਦ ਕਰਦੇ ਕਰਨ ਜੀ, ਪਰ ਸਾਡਾ ਇਹਨਾਂ ਦੇ ਨਾਲ ਕੋਈ ਭਾਈ ਵਾਸਤਾ ਨਹੀਂ ਹੈ ਜੀ। ਇਹ ਗੱਲ ਗੁਰੂ ਨੇ ਸਮਝਾਈ ਕਿ ਸਾਰੇ ਬਿਣਸਰਹਾਰ ਆ ਜੀ। ਹੁਣ ਦੂਸਰੀ ਗੱਲ ਜਗਜੀਤ ਸਿੰਘ ਜੀ ਆਪਾਂ ਲੈਂਦੇ, ਜਿਹੜੀ ਆਪਾਂ ਮਿਥਿਹਾਸ ਦੀ ਗੱਲ ਕਰਦੇ ਹਾਂ। ਹਾਂਜੀ। ਹੁਣ ਇਹਨਾਂ ਨੇ ਬੜੀ ਖੋਜ ਕਰਕੇ ਗੱਲ ਲਿਖੀ ਹੈ ਵੀ ਜਿਹੜਾ ਰਮਾਇਣ ਦੀ ਗੱਲ ਕਰਦੇ ਆ, ਰਾਮ ਚੰਦਰ ਦੀ ਜਾਂ ਕ੍ਰਿਸ਼ਨ ਭਗਵਾਨ ਦੀ ਗੱਲ ਕਰਦੇ ਆ ਜੀ, ਹੁਣ ਜਿਹੜੇ ਸ਼੍ਰੀ ਰਾਮ ਚੰਦਰ ਆ ਇਹਨੂੰ ਉਹਨਾਂ ਨੇ ਇਹ 48 ਅਵਤਾਰਾਂ 'ਚੋਂ ਹਿੰਦੂ ਮਤ ਦੇ ਦ੍ਰਿਸ਼ਟੀਕੋਣ ਤੋਂ ਨਾਸਤਿਕ ਮਹਾਤਮਾ ਬੁੱਧ ਨੂੰ ਵੀ ਇਹ ਉਹਨਾਂ ਨੂੰ ਵੀ ਵਿਸ਼ਨੂੰ ਦੇ ਅਵਤਾਰਾਂ 'ਚ ਗਿਣਦੇ ਆ, ਗਿਣਦੇ ਆਪਣੀ ਲੋੜ ਲਈ। ਠੀਕ ਹੈ। ਹੁਣ ਇੱਥੋਂ ਤੱਕ ਇਹ ਹੈ ਕਿ RSS ਵਾਲਿਆਂ ਨੇ ਗੁਰੂ ਨਾਨਕ ਨੂੰ ਵੀ ਇਹਦਾ ਆਪਣਾ ਗੁਰੂ ਤੁਹਾਡਾ ਭਲਾ ਕਰੇ ਸ਼ਿਵ ਦਾ ਅਵਤਾਰ ਹੀ ਮੰਨਿਆ ਲਿਖਿਆ। ਇਹ ਕਹਿੰਦੇ ਆ ਕਿ ਵਿਸ਼ਨੂੰ ਦਾ ਅਵਤਾਰ ਆ, ਗੁਰੂ ਨਾਨਕ ਵੀ ਰੈਫਰੈਂਸਿਸ ਮਿਲਦੇ ਆਪਾਂ ਨੂੰ ਲਿਖਿਆ ਉਹਨਾਂ ਨੇ ਲਿਖ ਕੇ ਜੀ, ਥਾਂ ਥਾਂ ਲਿਖਿਆ। ਅੱਛਾ ਜੀ। ਇਹ ਕਹਿ ਰਹੇ ਆ ਕਿ ਗੁਰੂ ਨਾਨਕ, ਇਸੇ ਕਰਕੇ ਅਸੀਂ ਆਹ ਬੇਨਤੀਆਂ ਕਰ ਰਹੇ ਹਾਂ ਵੀ ਭਾਈ ਸਾਡਾ ਇਹਦੇ ਨਾਲ ਕੋਈ ਲੈਣ ਦੇਣ ਨਹੀਂ, ਇਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਜੀ। ਹੁਣ ਜਿਹੜੀ ਉਹ ਗੱਲ ਦੇਖਣ ਵਾਲੀ ਇਹ ਕਰ ਰਿਹਾ ਹੈ ਕਿ ਇਹ ਦੋਵੇਂ ਮਤ ਵੇਦ ਵਿਰੋਧੀ ਅਨ ਆਰ ਆਈ, ਜਿਵੇਂ ਆਪਾਂ ਗੱਲ ਕਰਿਆ ਹਾਂ ਵੀ ਇਹ ਜਿਹੜੇ ਆਰੀਅਨ ਆ ਇਹ ਆਪਣੇ ਆਪ ਨੂੰ ਹਿੰਦੂ ਕੁਆ ਕੇ ਖੁਸ਼ ਨਹੀਂ ਹੈ, ਪਰ ਇਹਨਾਂ ਨੂੰ ਮਜਬੂਰਨ ਘੁਆਉਣਾ ਪੈਂਦਾ, ਆਪਾਂ ਗੱਲ ਅੱਗੇ ਕਰੇ ਹਾਂ। ਪਰ ਉਹ ਕਹਿੰਦੇ ਕਿ ਸ਼੍ਰੀ ਰਾਮ ਚੰਦ ਵਿਸ਼ਨੂੰ ਦਾ ਤ੍ਰੇਤੇ ਯੁੱਗ ਦਾ ਅਵਤਾਰ ਕਲਪਿਆ ਜਾਂਦਾ ਹੈ ਜੀ। ਸ਼੍ਰੀ ਰਾਮ ਤ੍ਰੇਤੇ ਯੁੱਗ 'ਚ ਹੋਏ, ਇਹ ਮੰਨਦੇ ਆ ਨਾ ਜਾਂ ਐਸਾ ਬੋਲਦੇ ਜੀ ਜੀ। ਉਹ ਕਹਿੰਦਾ ਕਿ ਪੁਰਾਣਾਂ ਦੀ ਮਿਥਿਹਾਸਿਕ ਕਿਤਾਬਾਂ ਅਨੁਸਾਰ ਤ੍ਰੇਤੇ ਯੁੱਗ ਦਾ ਸਮਾਂ ਅੱਜ ਤੋਂ 20 ਲੱਖ ਸਾਲ ਪਹਿਲਾਂ ਦਾ ਬਣਦਾ। ਠੀਕ। ਹੁਣ 20 ਲੱਖ ਸਾਲ ਪਹਿਲਾਂ ਦੀ ਗੱਲ ਨੂੰ ਇਹ ਅੱਜ ਤੱਕ ਪ੍ਰਚਾਰ ਦੇ ਉਹਨਾਂ ਦੀ ਮਰਜ਼ੀ, ਪਰ ਹੈ ਤਾਂ ਮਿਥਿਹਾਸ ਹੀ ਨਾ ਜੀ। ਬਿਲਕੁਲ। ਹੁਣ 20 ਲੱਖ ਸਾਲ ਪਹਿਲਾਂ ਦਾ ਕੋਈ ਐਸਾ, ਕਿਉਂਕਿ ਜਿਹੜਾ ਇਤਿਹਾਸ ਆ ਨਾ ਜੀ ਵੇਦਾਂ ਦਾ ਰਚਨ ਕਾਲ ਉਹ 5000 ਸਾਲ ਦਾ ਗਿਣਦੇ ਆ ਜੀ, ਪਰ ਜਿਹੜੀ ਪੂਰੀ ਇਹ ਦੁਨੀਆ ਨੇ ਮੰਨਿਆ ਵੀ ਇਹ 6-7 ਹਜ਼ਾਰ ਸਾਲ ਤੋਂ ਪੁਰਾਣਾ ਮਨੁੱਖੀ ਇਤਿਹਾਸ ਨਹੀਂ ਹੈ ਜੀ। ਹੁਣ ਇਹ ਮੰਨਦੇ ਆ 20 ਲੱਖ ਸਾਲ ਪੁਰਾਣਾ, 2 ਮਿਲੀਅਨ, ਅਤੇ ਦੁਆਬਰ ਜਿਹੜਾ ਉਦੋਂ ਵੱਧ 'ਚੋਂ ਲਿਆ ਉਹ ਜੀ। ਹੁਣ ਇਹ ਉਸ ਵੇਲੇ ਔਰ ਉਹਨਾਂ 'ਚ ਜਿਹੜੀ ਹੁਣ ਉਹ ਮਿਥਿਹਾਸ ਵੀ ਐਡਾ ਬਣਾਉਂਦੇ ਆ ਜੀ। ਹੁਣ ਇਹਦੇ 'ਚ ਦੂਸਰੀ ਗੱਲ ਮੈਂ ਬੇਨਤੀ ਕਰਾਂ ਕਿ ਗੁਰੂ ਗ੍ਰੰਥ ਸਾਹਿਬ 'ਚ ਜਿਹੜਾ ਰਾਮ ਆਉਂਦਾ ਉਹਦਾ ਕੋਈ ਬਾਪ ਨਹੀਂ ਹੈ, ਉਹ ਅਵਿਨਾਸ਼ੀ ਹੈ, ਆਪਾਂ ਗੱਲ ਕਰਿਆ ਹਾਂ ਜੀ, ਸਰਬ ਵਿਆਪੀ ਆ, ਰਮਿਆ ਹੋਇਆ ਉਹਦੀ ਗੱਲ ਆ। ਹੁਣ ਜਿਹੜਾ ਹਿੰਦੂ ਮਿਥਿਹਾਸ 'ਚ ਰਾਮ ਆਉਂਦਾ ਉਹ ਰਾਜੇ ਦਸ਼ਰਥ ਦਾ ਪੁੱਤਰ ਆਉਂਦਾ ਜੀ, ਉਹਦਾ ਬਾਪ ਹੈ, ਰਾਜਾ ਦਸ਼ਰਥ ਹੈ ਜੀ। ਔਰ ਉਹਦੇ 'ਚ ਇਹ ਕਹਿੰਦੇ ਕੀ ਹੈ ਵੀ ਜਿਹੜਾ ਰਾਮ ਚੰਦਰ ਦਾ ਪਿਤਾ ਦਸ਼ਰਥ ਸੀਗਾ ਉਹਦੀ ਉਮਰ 60,000 ਸਾਲ ਸੀ। ਇਹ ਮਤਲਬ ਇਹ ਪੁਰਾਣਾ 'ਚ ਇਹ ਮਿਥ ਦੇ ਇੱਦਾਂ ਲਿਖਦੇ ਆ। ਠੀਕ ਹੈ। ਦੂਜਾ ਉਹ ਕਹਿੰਦੇ ਆ ਵੀ ਰਾਮ ਚੰਦਰ ਨੇ ਇੱਥੇ 11,000 ਸਾਲ ਰਾਜ ਕੀਤਾ ਜੀ। ਹੁਣ ਆਪਾਂ ਇਹ ਦੇਖਣੀ ਹੈ ਵੀ ਐਡੀ ਵੱਡੀ ਇੱਕ ਮਿਥਿਹਾਸਿਕ ਗੱਲ ਜਿਹੜੀ ਹੈ, ਹਾਂਜੀ, ਹੁਣ ਉਸ ਰਾਮ ਚੰਦਰ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਵਾਲੇ ਰਾਮ ਨਾਲ ਕਿੱਦਾਂ ਤੁਲਨਾ ਦੇ ਸਕਦੇ ਹਾਂ? ਬਿਲਕੁਲ। ਮਤਲਬ ਜਿਹੜਾ ਉਹਨਾਂ ਦਾ ਰਾਮ ਹੈ ਉਹ ਰੋਵੇ ਰਾਮ ਨਿਕਾਲਾ ਪਿਆ, ਜਾਂ ਆਪਾਂ ਨੌਵੇਂ ਪਾਤਸ਼ਾਹ ਦੇ ਸਲੋਕਾਂ ਦੇ ਵਿੱਚ ਵੀ ਪੜ੍ਹਦੇ ਹਾਂ, ਰਾਮ ਗਏ ਰਾਵਣ ਗਏ ਜਾ ਕੋ ਬਹੁ ਪਰਿਵਾਰ ਇਸ ਜਗ ਮੈਂ ਇੱਥੇ ਕਿਛ ਨਹੀਂ ਸੁਭਨੇ ਜਿਉ ਸੰਸਾਰ। ਅਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ, ਗੁਰੂ ਨਾਨਕ ਪਾਤਸ਼ਾਹ ਦਾ ਜਿਹੜਾ ਰਾਮ ਹੈ ਉਹ ਰਮਿਆ ਹੋਇਆ ਰਾਮ ਹੈ, ਜੋ ਅਕਾਲ ਪੁਰਖ ਦਾ ਆਪਾਂ ਕਹਿ ਸਕਦੇ ਕਿ ਇੱਕ ਨਾਮ ਹੈ। ਅਤੇ ਇਹ ਦੋਨਾਂ ਦੇ ਵਿੱਚ ਫਰਕ ਹੈ, ਪਰ ਕਿਤੇ ਨਾ ਕਿਤੇ ਜਾਣ ਬੁੱਝ ਕੇ ਜਿਹੜੇ ਸਿੱਖਾਂ ਨੂੰ ਜਾਂ ਸਿੱਖ ਪ੍ਰਚਾਰਕਾਂ ਨੇ ਸਿੱਖ ਸੰਗਤ ਨੂੰ ਇੰਨੀ ਸੋਝੀ ਨਹੀਂ ਦਿੱਤੀ ਜਾਂ ਨੌਲੇਜ ਨਹੀਂ ਦਿੱਤੀ, ਉਸ ਦੇ ਕਰਕੇ ਜਿਹੜਾ ਹੈ ਇਹ ਜਿਹੜਾ ਭੰਬੜ ਭੂਸਾ ਪਾਇਆ ਜਾ ਰਿਹਾ ਹੈ। ਹਾਂਜੀ। ਖੈਰ, ਹੁਣ ਦੇਖੋ ਸਰਦਾਰ ਜਗਜੀਤ ਸਿੰਘ ਜੀ, ਦੂਜੀ ਗੱਲ ਕਿ ਇਹ ਤਾਂ ਗੱਲ ਬੜੀ ਸੌਖੀ ਸਮਝ ਲੈਣੀ ਚਾਹੀਦੀ ਵੀ ਇਹ ਸਾਰਾ ਮਿਥਿਹਾਸ ਆ, ਇਹ ਗੱਲ ਸਮਝਾਉਣ ਲਈ ਗੁਰੂ ਸਾਹਿਬ ਨੇ ਵਿੱਚ ਕੁਛ ਸ਼ਬਦ ਦਿੱਤੇ ਆ ਜੀ। ਹੁਣ ਜਿਹੜੀ ਸਭ ਤੋਂ ਵੱਡੇ ਦੁੱਖ ਦੀ ਗੱਲ ਸਰਦਾਰ ਜਗਜੀਤ ਸਿੰਘ ਜੀ ਇਹ ਹੈ ਕਿ ਇਹਨਾਂ ਦਾ ਪਿੱਛੋਂ ਐਡਾ ਸਾਡੀਆਂ ਸੰਸਥਾਵਾਂ 'ਤੇ ਗਲਬਾ ਹੋ ਗਿਆ, ਔਰ ਇਹ ਰਾਮ ਚੰਦਰ ਨੂੰ ਗੁਰੂ ਨਾਨਕ ਦਾ ਗੁਰਮੁਖ ਸਿੱਧ ਕਰਦੇ ਜੀ।
ਆਹਾ ਮੈਂ ਤੁਹਾਨੂੰ ਹੂ ਮੂ ਦੱਸਦਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਕਾਸ਼ਿਤ ਕੀਤੇ ਜਾਂਦੇ ਹਿੰਦੀ ਮਾਸਕ ਪੱਤਰ ਹੈਗਾ ਗੁਰਮਤਿ ਗਿਆਨ। ਇਹਦੇ 'ਚ ਪੰਨਾ ਨੰਬਰ 7 'ਤੇ ਡਾਕਟਰ ਅੰਮ੍ਰਿਤ ਕੌਰ ਆ ਕੋਈ ਜੀ, ਉਹਦਾ ਲੇਖ ਹੈ ਸਿੱਧ ਗੋਸ਼ਟ। ਉਹਦੇ 'ਚ ਵੀ ਉਹ ਕਲੀਅਰ ਕਰਕੇ ਸਿੱਖ ਧਰਮ ਨੂੰ ਹਿੰਦੂ ਧਰਮ ਨਾਲ ਰਲਗੱਡ ਕਰਨ ਦਾ ਯਤਨ ਕਰਦੇ ਆ, ਪਰ ਉਹਨੇ ਲਿਖਿਆ ਕੀ ਹੈ ਜੀ, ਉਹ ਕਹਿੰਦੇ ਸ੍ਰੀ ਗੁਰੂ ਨਾਨਕ ਦੇਵ ਜੀ ਕੀ ਦ੍ਰਿਸ਼ਟੀ ਮੇ ਸ੍ਰੀ ਰਾਮ ਚੰਦਰ ਜੀ ਸੱਚੇ ਗੁਰਮੁਖ ਥੇ। ਅੱਛਾ, ਹੁਣ 20 ਲੱਖ ਸਾਲ ਪੁਰਾਣਾ ਗੁਰਮੁਖ ਬਣਾ ਤਾ ਗੁਰੂ ਨਾਨਕ ਦਾ, ਗੁਰੂ ਨਾਨਕ ਨੂੰ ਉਹਨਾਂ ਦੇ ਗੁਰਮੁਖ ਬਣਾ ਤਾ। ਅੱਛਾ, ਇਹ ਜਿਹੜਾ ਸ਼ਬਦ ਆ ਉਹਨੇ ਇਹਦਾ ਜਿਹੜਾ ਨਾਂ ਵਿੱਚ ਇਹਨੂੰ ਵਰਤਿਆ ਜੀ, ਉਹ ਜਿਹੜਾ ਸ਼ਰਮ ਸ਼ਬਦ ਆਉਂਦਾ ਗੁਰਮੁਖ ਬੰਨ ਦਿਓ ਸੇਂਤ ਵਧਾਤੇ ਲੰਕਾ ਲੁੱਟੀ ਦੈਂਤ ਸੰਤਾਪੇ ਰਾਮ ਚੰਦ ਮਾਰਿਓ ਐ ਰਾਵਣ ਭੇਦ ਵਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਣ ਤਾਰੇ ਗੁਰਮੁਖ ਕੋਟ 33 ਸਧਾਰੇ। ਹੁਣ ਤੁਸੀਂ ਮੈਨੂੰ ਸਮਝਾਓ ਸਰਦਾਰ ਜਗਜੀਤ ਸਿੰਘ ਜੀ ਜੀ ਕਿ ਇਹ ਰਾਮ ਚੰਦਰ ਗੁਰੂ ਨਾਨਕ ਦੇ ਗੁਰਮੁਖ ਕਿੱਦਾਂ ਹੋ ਗਏ? ਗੁਰੂ ਨਾਨਕ ਦੀ ਦ੍ਰਿਸ਼ਟੀ 'ਚ ਰਾਮ ਚੰਦਰ ਨੂੰ ਗੁਰਮੁਖ ਸਿੱਧ ਕਰਨ ਲਈ ਜੀ ਇਹ ਸ਼ਬਦ ਲਿਖਿਆ। ਹੁਣ ਇਹਦੇ ਜਿਹੜੀ ਨੋਟ ਕਰਨ ਵਾਲੀ ਗੱਲ ਹੈ ਵੀ ਇਹ ਪੌੜੀ ਦੇ ਅੰਦਰ ਇਹ ਜਿਹੜੀ ਉਹਨਾਂ ਨੇ ਦਿੱਤੀ ਹੈ ਉਦਾਹਰਣ, ਇਹਦੇ ਅੰਦਰ ਨਾਨਕ ਨਾਮ ਦੀ ਕੋਈ ਮੋਹਰ ਵੀ ਨਹੀਂ ਹੈ ਜੀ। ਆਪਾਂ ਸਿਰਫ ਇਹੀ ਬੇਨਤੀ ਕਰ ਰਹੇ ਹਾਂ ਵੀ ਇਹ ਸਾਰਾ ਇੱਕ ਵਿਅੰਗ, ਗੁਰੂ ਨਾਨਕ ਸਾਹਿਬ ਨੇ ਜਿਹੜੇ ਕੋਈ ਵਿਅੰਗ ਵਿੱਚ ਕੱਸੇ ਜਿਹੜਾ ਆਪਾਂ ਸਾਰਾ ਸ਼ਬਦ ਪੜ੍ਹਿਆ ਹੈ, ਇਹਦੇ ਨਾਲ ਸਾਡੇ ਗੁਰਮਤਿ ਦਾ ਕੋਈ ਲੈਣ ਦੇਣ ਨਹੀਂ ਹੈ। ਦੂਸਰੀ ਗੱਲ ਇਹ ਆ ਕਿ ਭਾਈ ਗੁਰਦਾਸ ਨੇ ਇੱਕ ਬੜੀ ਗੱਲ ਸਮਝਾਈ ਕਿ ਗੁਰਮਤਿ ਦੀ, ਵੈਸੇ ਅੱਜ ਵੀ ਜਿਹੜੀ ਗੱਲ ਗੁਰਮਤਿ ਦੀ ਕਸਵੱਟੀ 'ਤੇ ਪੂਰੀ ਨਹੀਂ ਉਤਰਦੀ ਅਸੀਂ ਉਹਨੂੰ ਨਹੀਂ ਮੰਨਦੇ ਭਾਈ ਜੀ, ਬਿਲਕੁਲ ਸਾਡੀ ਕਸਵੱਟੀ ਜਿਹੜੀ ਆ ਉਹ ਗੁਰਮਤਿ ਦੀ ਰਹੂਗੀ। ਹਾਂਜੀ, ਹੁਣ ਜਿਹੜਾ ਜਗਜੀਤ ਸਿੰਘ ਜੀ, ਪਹਿਲੀ ਤਾਂ ਪ੍ਰਚਾਰਕਾਂ ਦੀ ਹੋ ਗਈ ਵੀ ਉਹ ਕਥਾ ਇਸ ਢੰਗ ਨਾਲ ਆਰੰਭ ਕਰਾ ਦਿੱਤੀ ਗਈ ਵੀ ਉਹ ਰਮਾਇਣ ਅਤੇ ਮਹਾਂਭਾਰਤ ਹੀ ਲੋਕ ਸਹੀ ਸਮਝਣ ਡੇ ਪਏ, ਬਿਲਕੁਲ ਜਿਹੜੀ ਕਿ ਮਿਥਿਹਾਸ ਸੀਗੀ। ਦੂਏ ਬੰਨੇ ਆਪਾਂ ਇਹ ਦੇਖ ਲਿਆ ਕਿ ਸਾਡੇ ਹੀ ਜਿਹੜੇ ਸੰਸਥਾਵਾਂ ਦੇ ਗੁਰਮਤਿ ਪ੍ਰਕਾਸ਼ ਵਰਗੇ ਹੋਣ, ਸ਼੍ਰੋਮਣੀ ਕਮੇਟੀ ਦੇ ਜੀ ਮੈਗਜ਼ੀਨ, ਉਹਨਾਂ ਦੇ ਵਿੱਚ ਐਸੀਆਂ ਗੱਲਾਂ ਲਿਖੀਆਂ ਜਾਣ ਕਿ ਗੁਰੂ ਨਾਨਕ ਦੀ ਦ੍ਰਿਸ਼ਟੀ ਮੇ ਰਾਮ ਚੰਦਰ ਪੂਰਨ ਗੁਰਮੁਖ ਤੇ, ਉਹਨਾਂ ਨੂੰ ਨਾਲ ਜੋੜਨ ਨੂੰ ਦੁੱਖ ਇਸ ਗੱਲ ਦਾ, ਮਤਲਬ ਕਿਤੇ ਨਾ ਕਿਤੇ ਆਪਾਂ ਕਹੀਏ ਕਿ ਜਿਹੜੀ ਸੰਗਤ ਹੈਗੀ ਆ ਉਹ ਉਹਨੇ ਇਸ ਚੀਜ਼ ਦਾ ਓਬਜੈਕਸ਼ਨ ਨਹੀਂ ਕੀਤਾ ਜਾਂ ਇੰਨੇ ਸੂਝਵਾਨ ਨਹੀਂ ਹੈਗੇ ਅਤੇ ਜਾਂ ਉਹਨਾਂ ਨੂੰ ਇੱਕ ਗੁੰਮਰਾਹ ਕੀਤਾ ਜਾ ਰਿਹਾ। ਗੁੰਮਰਾਹ ਦੇਖੋ ਨਾ ਜੀ, ਅਗਲਾ ਜਦੋਂ ਕਹੂਗਾ ਕਿ ਵੀ ਇਹ ਤਾਂ ਜੀ ਸ਼੍ਰੋਮਣੀ ਕਮੇਟੀ ਵਾਲੇ ਲਿਖਦੇ, ਜੇ ਉਹਨਾਂ ਦੇ ਧਰਮ ਪ੍ਰਚਾਰ 'ਚ ਗੱਲ ਹੋਣ, ਔਰ ਇਹਦੇ 'ਚ ਮੇਰਾ ਖਿਆਲ ਇੱਕ ਇਤਿਹਾਸ ਦੀ ਕਿਤਾਬ ਵੀ ਸ਼੍ਰੋਮਣੀ ਕਮੇਟੀ ਵੱਲੋਂ ਲਿਖਵਾਈ ਗਈ ਸੀ ਜਿਸ ਦੇ ਵਿੱਚ ਕਾਫੀ ਸਾਰੇ ਓਬਜੈਕਸ਼ਨ ਜਿਹੜੇ ਉਹ ਜਿਹੜੇ ਸਰਦਾਰ ਜਗਜੀਤ ਸਿੰਘ ਜੀ, ਉਹਦਾ ਕਿਤਾਬ ਮਿਥ ਕੇ ਗੁਰੂ ਸਾਹਿਬ ਦੀ ਤਹੀਨ ਕਰਨ, ਗੁਰੂ ਸਾਹਿਬਾਨਾਂ ਦੀ ਤਹੀਨ ਕਰਨ ਲਈ ਲਿਖਾਈ ਗਈ, ਇਹ ਆਪਾਂ ਕਈ ਵਾਰੀ ਜ਼ਿਕਰ ਕਰੇ ਹਾਂ ਪਰ ਆਪਾਂ ਅੱਜ ਇੱਥੇ ਕੁ ਰਹਿੰਦੇ ਹਾਂ ਜੀ। ਹੁਣ ਜਿਹੜੀ ਸਭ ਤੋਂ ਚਿੰਤਾ ਵਾਲੀ ਗੱਲ ਆ ਖਾਲਸਾ ਪੰਥ ਲਈ ਪੂਰੇ ਲਈ ਵਿਚਾਰ ਕਰਨ ਵਾਲੀ ਵੀ, ਭਾਈ ਜੇ ਸਾਡੇ ਸਿੱਖ ਸਿਧਾਂਤ ਨੂੰ ਜਾਂ ਸਾਡੇ ਗੁਰ ਇਤਿਹਾਸ ਨੂੰ ਜਾਂ ਗੁਰੂ ਨਾਨਕ ਨੂੰ ਇੱਧਰ ਨੂੰ ਲੈ ਜਾਣ, ਗੁਰੂ ਨਾਨਕ ਸਾਹਿਬ ਨੇ ਹਿੰਦੂ ਧਰਮ ਦੇ ਵਿਚਾਲੇ ਅਤੇ ਸਿੱਖ ਧਰਮ ਦੇ ਇੱਕ ਲਕੀਰ ਖਿੱਚੀ ਹੈ ਜੀ ਵਰਨ ਵੰਡ ਤੋਂ, ਉਹ ਆਪਾਂ ਫਿਰ ਥੋੜ੍ਹਾ ਜਿਹਾ ਉਹਨੂੰ ਕਲੀਅਰ ਕਰਦੇ। ਬਿਲਕੁਲ, ਹੁਣ ਗੁਰੂ ਨਾਨਕ ਸਾਹਿਬ ਦੇ ਬਣਾਏ ਹੋਏ ਸਿਧਾਂਤ ਨੂੰ ਸਾਡੇ ਆਪਣਿਆਂ ਦੇ ਰਾਹੀਂ ਜੀ, ਹੁਣ ਇਹਨਾਂ ਨੇ ਕੀ ਕੀਤਾ, ਇੱਕ ਇਹ ਹੋ ਗਈ ਵੀ ਇੱਦਾਂ ਲਿਖਾਉਣ ਡੇ ਪਏ ਰਾਮ ਚੰਦਰ ਨੂੰ ਅਤੇ ਗੁਰੂ ਨਾਨਕ ਨੂੰ ਇਕੱਠੇ ਕਰਤਾ ਜੀ। ਦੂਸਰੇ ਬੰਨੇ ਜਗਜੀਤ ਸਿੰਘ ਜੀ, ਬਹੁਤ ਹੀ ਚਿੰਤਾਜਨਕ ਗੱਲ ਇਹ ਆ ਕਿ ਹੁਣ ਕੁਛ ਹੱਥ ਲਿਖਤ ਬੀੜਾਂ ਲਿਖਵਾ ਰਹੇ ਆ, ਠੀਕ ਆ, ਔਰ ਉਹ ਹੱਥ ਲਿਖਤ ਬੀੜਾਂ ਦੇ ਵਿੱਚ ਗੁਰੂ ਅਰਜਨ ਪਾਤਸ਼ਾਹ ਦੀ ਸੰਪਾਦਨੀ ਜਿਹੜੀ ਜਿਸ ਢੰਗ ਨਾਲ ਕੀਤੀ ਉਹਦੇ 'ਚ ਅਦਲਾ ਬਦਲੀ ਕਰ ਰਿਹਾ। ਸਮਝਦੇ ਨਾ ਜੀ ਗੱਲ, ਜਿਹੜੀ ਸਭ ਤੋਂ ਚਿੰਤਾ ਵਾਲੀ ਗੱਲ ਹੈ। ਔਰ ਇਸਦਾ ਜੇ ਆਪਾਂ ਗੱਲਬਾਤ ਕਰੀਏ, ਕਿਸੇ ਨੂੰ ਵੀ ਕੋਈ ਹੱਕ ਨਹੀਂ ਹੈਗਾ, ਕਿਉਂਕਿ ਜੋ ਗੁਰੂ ਅਰਜਨ ਪਾਤਸ਼ਾਹ ਨੇ ਸੰਪਾਦਨਾ ਕੀਤੀ ਜਾਂ ਦਸਵੇਂ ਪਾਤਸ਼ਾਹ ਨੇ ਅਖੀਰ 'ਤੇ ਨੌਵੇਂ ਪਾਤਸ਼ਾਹ ਦੇ ਜਿਹੜੇ ਸਲੋਕ ਪਾ ਕੇ ਜਿਹੜੀ ਬੀੜ ਨੂੰ ਸੰਪਾਦਨਾ ਜਿਹਦੀ ਕਰ ਦਿੱਤੀ, ਦੁਨੀਆਂ ਦੇ ਵਿੱਚ ਕਿਸੇ ਮਨੁੱਖ ਦੇ ਕੋਲ ਇਸ ਚੀਜ਼ ਦਾ ਅਧਿਕਾਰ ਹੈ ਨਹੀਂ ਉਹ ਕਿਸੇ ਅਲੱਗ ਮਾਤਰਾ ਨੂੰ ਜਾਂ ਕਿਸੇ ਡੰਡੀਆਂ ਨੂੰ ਇੱਧਰ ਉੱਧਰ ਕਰ ਸਕੇ, ਕਿਉਂਕਿ ਜੇ ਕਰਨਾ ਹੁੰਦਾ ਤਾਂ ਗੁਰੂ ਪਾਤਸ਼ਾਹ ਆਪ ਹੀ ਕਰਕੇ ਦੇ ਜਾਂਦੀ, ਜੇ ਇਸ ਦੇ ਵਿੱਚ ਕੋਈ ਕਰਦਾ ਹੈ ਉਹ ਗੁਰੂ ਦੀ ਸੰਗਤ ਦਾ
ਦਾ ਗੁਨਾਹਗਾਰ ਹੈ, ਗੁਰੂ ਸਾਹਿਬ ਦਾ ਗੁਨਾਹਗਾਰ ਹੈ, ਅਤੇ ਸੰਗਤ ਉਹਨੂੰ ਕਦੀ ਮਾਫ਼ ਨਹੀਂ ਕਰੇਗੀ ਅਤੇ ਗੁਰੂ ਸਾਹਿਬ ਵੀ ਉਸਨੂੰ ਕਦੀ ਮਾਫ਼ ਨਹੀਂ ਕਰਨਗੇ। ਬਹੁਤ ਐਡੀਸ਼ਨ ਕੀ ਹੋ ਰਿਹਾ ਖਹਿਰਾ ਸਾਹਿਬ? ਕੀ ਐਡੀਸ਼ਨ ਨੇ? ਜਿੱਦਾਂ ਹੁਣ ਸੰਪਾਦਨਾ ਦੇਖੋ, ਗੁਰੂ ਅਰਜਨ ਪਾਤਸ਼ਾਹ ਨੇ ਜਿਹੜੀ ਸੰਪਾਦਨਾ ਕੀਤੀ ਜੀ, ਉਹਦੇ 'ਚ ਹੁਣ ਜਿੱਦਾਂ ਫਰਜ਼ ਕਰੋ ਮੂਲ ਮੰਤਰ ਦੀਆਂ ਉਹ ਜਪ ਤੋਂ ਅੱਗੇ ਡੰਡੀਆਂ ਚੱਕ ਦਿੱਤੀਆਂ, ਠੀਕ ਹੈ, ਜਿਹੜੀ ਹੁਣ ਇਹ ਹੱਥ ਲਿਖਤ ਬੀੜ ਦਾ ਹੁਣ ਉਹ ਹੁਕਮਨਾਮਾ ਵੀ ਉਹ ਤੋਂ ਲੈਣ ਡੇ ਪਏ। ਅੱਛਾ ਜੀ, ਮੈਂ ਇੱਥੇ ਕੀ ਹਾਲੇ ਗੱਲ ਨਿਬੇੜਦਾ ਬਈ, ਅਸੀਂ ਇਹਨੂੰ ਕਿਸੇ ਵਾਦ ਵਾਦ 'ਚ ਨਹੀਂ ਲਿਜਾਣਾ ਚਾਹੁੰਦੇ ਜੀ, ਅਸੀਂ ਸਿਰਫ ਖਾਲਸਾ ਪੰਥ ਨੂੰ ਜਾਗਰਕ ਕਰਨਾ ਚਾਹੁੰਦੇ ਹਾਂ ਬਈ ਇੰਨਾ ਕੁਛ ਭਾਈ ਹੋ ਰਿਹਾ, ਸੰਭਲੋ, ਜੇ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਸਾਰੀ ਜਿਹੜੀ ਸਾਡੀ ਇੱਧਰ ਨੂੰ ਰਮਾਇਣ ਵੱਲ ਨੂੰ ਜਾਂ ਜਿੱਦਾਂ ਇਹ ਲੈ ਗਏ ਮਹਾਂਭਾਰਤ ਵੱਲ ਨੂੰ, ਅਤੇ ਸਾਡੇ ਭਵਿੱਖ ਲਈ ਇਹ ਬਹੁਤ ਹੀ ਘਾਤਕ ਗੱਲ ਆ, ਸਾਨੂੰ ਇਹ 'ਤੇ ਥੋੜ੍ਹਾ ਜਿਹਾ ਵਿਚਾਰ ਕਰਨੀ ਚਾਹੀਦੀ ਹੈ। ਬਿਲਕੁਲ, ਹੁਣ ਇਹ ਇੱਕ ਬੰਨਿਓ ਨਹੀਂ ਹੈ, ਚਾਰ ਚੁਫੇਰਿਓ ਇਹਨਾਂ ਨੇ ਹੁਣ ਤੁਸੀਂ ਆ ਕੇਸਾਧਾਰੀ ਹਿੰਦੂਆਂ ਦੀ ਜਿਹੜੀ ਇਹਨਾਂ ਸੰਸਥਾ ਬਣਾਈ ਹੈ ਰਾਸ਼ਟਰੀ ਸਿੱਖ ਸੰਗਤ, ਹਾਂਜੀ, ਇਹਨਾਂ ਨੇ ਦੇਖੋ ਮਨੁੱਖੀ ਏਕਤਾ ਦਾ ਇਹ ਭਾਵ ਨਹੀਂ ਹੈ ਵੀ ਚੰਗੇ ਬੁਰੇ ਦੀ ਪਛਾਣ ਹੀ ਨਾ ਕਰੀਏ, ਸਮਝਦੇ ਨਾ ਗੱਲ ਜੀ। ਸੰਤ ਪਿੰਡਰਾਂ ਵਾਲੇ ਨੂੰ ਪੁੱਛਿਆ ਪੱਤਰਕਾਰ ਨੇ ਕਿ ਹਿੰਦੂ ਸਿੱਖ ਦੀ ਏਕਤਾ ਕਿੱਦਾਂ ਹੋ ਸਕਦੀ ਹੈ ਜੀ, ਉਹ ਕਹਿੰਦਾ ਸਿੱਖਾਂ ਨਾਲ ਵਿਤਕਰਾ ਕਰਨਾ ਬੰਦ ਕਰ ਦਿਓ, ਆਪੇ ਏਕਤਾ ਹੋ ਜੂ। ਬਿਲਕੁਲ, ਜਿੰਨਾ ਚਿਰ ਸਾਡੇ ਨਾਲ ਭਾਈ ਵਿਤਕਰਾ ਹੁੰਦਾ ਸੀ ਆਪਣੇ ਉਹਦੇ ਵਿਰੁੱਧ ਬੋਲਦੇ ਹਾਂ। ਹੁਣ ਇਹ ਰਾਸ਼ਟਰੀ ਸਿੱਖ ਸੰਗਤ ਕੀ ਕਹਿੰਦੀ ਹੈ? ਇਹ ਕਹਿੰਦੇ ਵੇਦ ਸ਼ਾਸਤਰਾਂ ਪੁਰਾਣ ਗੀਤਾ ਰਮਾਇਣ ਦਾ ਸਾਰ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਇਸ ਲਈ ਇਹ ਰਾਸ਼ਟਰੀ ਗ੍ਰੰਥ ਹੈ ਪਰ ਗੁਰੂ ਨਹੀਂ। ਅੱਛਾ ਜੀ, ਰਾਸ਼ਟਰੀ ਗ੍ਰੰਥ ਆ, ਗੁਰੂ ਨਹੀਂ। ਦੋਵੇਂ ਬੰਨੇ ਭਾਜਪਾ ਵਾਲੇ ਇਹਨਾਂ ਦੀ ਸੁਸ਼ਮਾ ਸਵਰਾਜ ਅਤੇ ਨਰਿੰਦਰ ਮੋਦੀ, ਹਾਂਜੀ, ਇਹ ਕਹਿੰਦੇ ਜਿਹੜੀ ਗੀਤਾ ਆ ਇਹ ਰਾਸ਼ਟਰੀ ਗ੍ਰੰਥ ਆ, ਮਤਲਬ ਐਸਾ ਭੰਬੜ ਭੂਸੇ 'ਚ ਪਾਇਆ ਜਾ ਰਿਹਾ ਸਾਰਿਆਂ ਨੂੰ ਜੀ, ਔਰ ਉਹਨਾਂ ਨੂੰ ਬਾਹਰਲੇ ਮੁਲਕਾਂ 'ਚ ਮੋਦੀ ਨੇ ਗੀਤਾ ਦਿੰਦੇ ਹੋਏ ਗੱਲ ਕਹੀ ਵੀ ਆ ਸਾਡਾ ਰਾਸ਼ਟਰੀ ਗ੍ਰੰਥ ਜੀ। ਹੁਣ ਇਹ ਜਿਹੜੇ ਸਾਡੇ ਲਈ ਗੁਰੂ ਗ੍ਰੰਥ ਸਾਹਿਬ ਗੁਰੂ ਆ ਜੀ, ਔਰ ਰਾਸ਼ਟਰੀ ਸਿੱਖ ਸੰਗਤ ਵਾਲੇ ਭੰਬੜ ਭੂਸਾ ਪਾ ਕੇ ਵੀ ਗੁਰੂ ਨਹੀਂ ਹੈ, ਇਹ ਤਾਂ ਇੱਕ ਰਾਸ਼ਟਰੀ ਗ੍ਰੰਥ ਆ ਸਾਰਿਆਂ ਦਾ ਸਾਂਝਾ ਗ੍ਰੰਥ। ਮਤਲਬ ਕਿਤੇ ਨਾ ਕਿਤੇ ਆਪਾਂ ਇਹ ਗੱਲ ਕਹਿ ਸਕਦੇ ਹਾਂ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਗੁਰੂ ਪਦਵੀ ਜੋ ਕਿ ਦਸਵੇਂ ਪਾਤਸ਼ਾਹ ਨੇ ਦਿੱਤੀ ਹੈ, ਉਹ ਇਹਨਾਂ ਨੂੰ ਕਿਤੇ ਨਾ ਕਿਤੇ ਜਿਹੜੀ ਚੁੱਭਦੀ ਹੈ, ਅਤੇ ਕਿਤੇ ਨਾ ਕਿਤੇ ਉਹੀ ਇਹਨਾਂ ਨੂੰ ਲੱਗਦਾ ਹੈ ਕਿ ਇਹਨਾਂ ਦੇ ਵਰਨਵੰਡ ਦੇ ਸਿਧਾਂਤ 'ਤੇ ਉਹ ਚੀਜ਼ ਸੱਟ ਮਾਰੇਗੀ, ਅਤੇ ਜ਼ਰੂਰ ਸਿੱਖ ਜਾਗਰੂਕ ਨੇ, ਸਿੱਖ ਇਸ ਦਾ ਜ਼ਰੂਰ ਆਪਾਂ ਇਹ ਕਹਿ ਸਕਦੇ ਹਾਂ ਕਿ ਡਰੇ ਹੋਏ ਲੋਕ ਨੇ, ਕਿਤੇ ਨਾ ਕਿਤੇ ਇਹਨਾਂ ਦੇ ਦਿਲ ਦੇ ਵਿੱਚ ਡਰ ਹੈ, ਭਾਵੇਂ ਇਹਨਾਂ ਕੋਲ ਸੱਤਾ ਹੈ, ਭਾਵੇਂ ਇਹਨਾਂ ਕੋਲ ਪਾਵਰ ਹੈ, ਪਿਛਲੇ 60-70 ਸਾਲਾਂ ਤੋਂ ਇਹ ਰਾਜ ਕਰ ਰਹੇ ਨੇ, ਪਰ ਫਿਰ ਵੀ ਡਰ ਹੈ, ਉਹ ਡਰ ਖਾਲਸੇ ਦਾ ਹੈ, ਜਿਹੜੀ ਸ਼ਕਤੀ ਉਹ ਜਿਹੜੀ ਸ਼ਕਤੀ ਗੁਰੂ ਸਾਹਿਬ ਨੇ ਖਾਲਸੇ ਨੂੰ ਦਿੱਤੀ ਹੈ, ਜਦੋਂ ਜਾਗਰੂਕ ਹੋ ਗਈ, ਖਾਲਸਾ ਜਾਗਰੂਕ ਹੋ ਗਿਆ, ਸਿੱਖ ਜਾਗਰੂਕ ਹੋ ਗਿਆ, ਅਤੇ ਫਿਰ ਇਹਨਾਂ ਲੋਕਾਂ ਦੀ ਜਿਹੜੀ ਵੱਸ ਹੈ ਉਹ ਨਹੀਂ ਚੱਲੇਗੀ। ਅਤੇ ਖੈਰਾ ਸਾਹਿਬ, ਹੋਰ ਇਸ ਵਿਸ਼ੇ ਨਾਲ ਤੁਸੀਂ ਕੁਝ ਕਹਿਣਾ ਚਾਹੋਗੇ? ਦੋ ਹੀ ਮਿੰਟ ਲੈਣੇ ਆ। ਇਹਦਾ ਦੇਖੋ ਸਰਦਾਰ ਜਗਜੀਤ ਸਿੰਘ ਜੀ, ਦੁਨੀਆਂ 'ਚ ਇੱਕੋ ਇੱਕ ਧਰਮ ਹੈ ਕਿ ਜਿਹੜੇ ਖੁਦ ਗੁਰੂ ਨਾਨਕ ਜੋਤ ਨੇ ਜੀ ਗ੍ਰੰਥ ਨੂੰ ਗੁਰੂ ਥਾਪਿਆ, ਬਿਲਕੁਲ, ਉਹ ਗੁਰੂ ਪਦਵੀ ਅਤੇ ਨਾਲ ਜੋਤ ਅਤੇ ਜੋਗਤ ਨਾਲ ਖਾਲਸਾ ਪੰਥ ਦੀ ਗੁਰੂ ਪਦਵੀ, ਬਿਲਕੁਲ, ਉਹ ਇਹਨਾਂ ਨੂੰ ਚੁੱਭ ਰਹੀ ਹੈ ਕਿਉਂਕਿ ਉਹ ਇਹਨਾਂ ਦੇ ਪੂਰਨ ਸਿਧਾਂਤ 'ਤੇ ਸੱਟ ਮਾਰਦੀ ਹੈ। ਅਤੇ ਦੂਸਰੀ ਇੱਕ ਮੈਂ ਬੇਨਤੀ ਕਰਾਂ ਵੀ ਜੇ ਕਿਤੇ ਇੰਡੀਆ 'ਚ ਇਨਕਲਾਬ ਆਇਆ ਤਾਂ ਉਹ ਇਸ ਸਿਧਾਂਤ 'ਤੇ ਹੀ ਆਉਣਾ, ਬਿਲਕੁਲ, ਜਿੱਥੇ ਮਨੁੱਖਤਾ ਦੀ ਏਕਤਾ ਦੀ ਗੱਲ ਵੀ ਆ, ਪਰ ਇੱਕ ਹੋਣਾ ਕਿੱਦਾਂ ਜੀ, ਉਹ ਵਿਧੀ ਗੁਰੂ ਗੋਬਿੰਦ ਸਿੰਘ ਨੇ ਬਣਾਈ। ਹੁਣ ਆਪਾਂ ਕਹਿੰਦੇ ਹਾਂ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਪਰ ਚੌਂ ਵਰਨਾ ਨੂੰ ਇੱਕ ਥਾਂ ਕਰਨ ਲਈ ਖੰਡੇ ਬਾਟੇ ਦੀ ਫੌਲ ਦੀ ਮਰਿਆਦਾ ਵੀ ਪਾਈ ਹੈ, ਬਿਲਕੁਲ। ਹੁਣ ਇਹ ਜਿਹੜਾ ਆਪਾਂ ਗੱਲ ਕਰਦੇ ਹਾਂ ਕਿ ਜਿਹੜਾ ਬ੍ਰਾਹਮਣਵਾਦ ਦਾ ਨਵਾਂ ਨਾਂ ਜਿਹੜਾ ਇਹਨਾਂ ਨੇ ਹਿੰਦੂ ਮਤ ਰੱਖਿਆ, ਜਿਹੜਾ ਸਾਨੂੰ ਕਹਿਣਾ ਪੈਂਦਾ ਜੀ, ਅਰਦਾਸ ਬੇਨਤੀ ਕਰੇ ਕਿ ਜਦੋਂ ਅਸੀਂ ਹਿੰਦੂ ਧਰਮ, ਹਿੰਦੂ ਜਾਂ ਹਿੰਦੂ ਮਤ ਕਹਿੰਦੇ ਤਾਂ ਗੁਰੂ ਨਾਨਕ ਵਾਲੇ ਬ੍ਰਾਹਮਣਵਾਦ ਦੀ ਗੱਲ ਕਰਦੇ ਹਾਂ ਜੀ, ਇਹ ਧਿਆਨ ਰਹੇ। ਮਤਲਬ ਬਹੁਤ ਗਿਣਤੀ ਆਪਾਂ ਉਹਨਾਂ ਲੋਕਾਂ ਦੀ ਗੱਲ ਨਹੀਂ ਕਰਦੇ ਜਿਨ੍ਹਾਂ ਦੇ ਨਾਲ ਸਾਡੀ ਸਾਂਝ ਵੀ ਹੈਗੀ ਆ। ਹਾਂ, ਨਹੀਂ, ਸਾਂਝ ਤਾਂ ਸਾਰੇ ਨਾਲ ਰੱਖਦੇ, ਬਿਲਕੁਲ, ਸਿੱਖ ਦੀ ਸਾਂਝ ਤਾਂ ਦੁਨੀਆਂ ਦੇ ਹਰ ਧਰਮ ਵਾਲੇ ਨਾਲ, ਬਿਲਕੁਲ, ਔਰ ਜੋ ਸਾਂਝ ਸਿੱਖ ਧਰਮ ਰੱਖ ਸਕਦਾ ਉਹ ਕਿਸੇ ਕੋਲ ਹਾਲੇ ਰੱਖੀ ਨਹੀਂ ਹੋਈ, ਬਿਲਕੁਲ। ਹੁਣ ਆਪਾਂ ਇੱਥੇ ਆਉਂਦੇ ਹਾਂ ਕਿ ਇਹ ਜਗਜੀਤ ਸਿੰਘ ਨੇ ਕਿਤਾਬ ਲਿਖੀ ਸਿੱਖ ਇਨਕਲਾਬ, ਹਾਂਜੀ, ਉਹਦੇ 'ਚ ਇਹਨਾਂ ਨੇ ਗੁਰੂ ਸਾਹਿਬ ਨੇ ਗੁਰੂ ਨਾਨਕ ਤੋਂ ਲੈ ਕੇ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਬ੍ਰਾਹਮਣ ਨੂੰ ਜਾਂ ਵਰਨਵੰਡ ਨੂੰ ਚੈਲੰਜ ਕੀਤਾ ਜੀ। 3 ਕਮੈਂਟ ਮੈਨੂੰ ਪੜ੍ਹਨ ਨੂੰ ਲੱਗਣਗੇ ਜ਼ਰੂਰ। ਉਹ ਉਹਨਾਂ ਨੇ ਇਹਨਾਂ ਦੇ ਗ੍ਰੰਥਾਂ ਦੇ ਆਧਾਰ 'ਤੇ ਤੱਤ ਕੱਢ ਕੇ ਲਿਖਿਆ। ਜਗਜੀਤ ਸਿੰਘ ਦੀ ਕਿਤਾਬ ਆ ਸਿੱਖ ਇਨਕਲਾਬ, ਕਿਸੇ ਨੇ ਪੜ੍ਹਨੀ ਹੋਵੇ ਤਾਂ ਪੜ੍ਹ ਸਕਦਾ।
ਉਹ ਕਹਿੰਦੇ ਕਿ ਇਤਿਹਾਸਿਕ ਕਾਰਨਾਂ ਕਰਕੇ ਨਵੀਨ ਬ੍ਰਾਹਮਣਵਾਦ ਅਤੇ ਹਿੰਦੂ ਮਤ ਇੱਕੋ ਹੀ ਵਸਤੂ ਦੇ ਨਾਂ ਪ੍ਰਚਲਿਤ ਹੋ ਗਏ ਜੀ। ਇਹ ਪ੍ਰਚਲਿਤ ਹੋ ਗਈ ਗੱਲ ਕਿ ਬ੍ਰਾਹਮਣਵਾਦ ਦਾ ਇਹਨੂੰ ਹਿੰਦੂ ਮਤ ਦਾ ਨਾਂ ਪ੍ਰਚਲਿਤ ਹੋ ਗਿਆ। ਇਸ ਕਰਕੇ ਸਾਨੂੰ ਵੈਦਿਕ ਧਰਮ ਦੇ ਅਨਿਆਈਆਂ ਆਰੀਆ ਸਮਾਜ ਲਈ ਹਿੰਦੂ ਅਤੇ ਹਿੰਦੂ ਮਤ ਸ਼ਬਦ ਵਰਤਣੇ ਪੈ ਰਿਹਾ ਹੈ। ਖਾਸ ਕਰਕੇ ਜਿੱਥੇ ਇਤਿਹਾਸਿਕ ਹਵਾਲੇ ਦੇਣੇ ਪੈਂਦੇ ਹਨ, ਜਦੋਂ ਅਸੀਂ ਹਿੰਦੂ ਜਾਂ ਹਿੰਦੂ ਮਤ ਦਾ ਸ਼ਬਦ ਵਰਤਦੇ ਹਾਂ, ਉਸ ਦਾ ਮਤਲਬ ਗੁਰੂ ਨਾਨਕ ਦੇ ਸਮੇਂ ਜਿਹੜਾ ਬ੍ਰਾਹਮਣ ਜਾਂ ਬ੍ਰਾਹਮਣਵਾਦ ਲਈ ਵਰਤਿਆ ਜਾਂਦਾ ਸੀ। ਹਿੰਦੂ ਅਤੇ ਹਿੰਦੂ ਮਤਲਬ ਉਹਦੇ ਸਦਰਮ 'ਚ ਹੀ ਸਮਝਣਾ ਚਾਹੀਦਾ, ਕਿਉਂਕਿ ਜਾਤ ਪਾਤ ਦੀ ਦਰਜਾ ਬੇਦਰਜੀ ਦਾ ਤੁਰਾ ਬ੍ਰਾਹਮਣ ਜਾਤ ਦੀ ਮੰਨੀ ਹੋਈ ਸਭ ਤੋਂ ਉੱਚੀ ਥਾਂ ਹੈ ਜੀ। ਇੱਥੇ ਹੀ ਬਸ ਨਹੀਂ, ਬ੍ਰਾਹਮਣਾਂ ਨੇ ਹਿੰਦੂ ਮਤ ਅਤੇ ਹਿੰਦੂ ਸਮਾਜ ਵਿੱਚ ਮੁੱਖ ਥਾਂ ਇਸ ਲਈ ਹਾਸਲ ਕਰ ਲਈ ਕਿ ਜਾਤ ਇੱਕ ਸਮਾਜਿਕ ਰੁਤਬਾ ਹੈ ਅਤੇ ਜਾਤਾਂ ਦਾ ਸਮਾਜਿਕ ਬ੍ਰਾਹਮਣਾਂ ਦੇ ਰੁਤਬੇ ਨਾਲ ਨਾਪ ਕੇ ਤੈਅ ਕੀਤਾ ਜਾਂਦਾ। ਇਸ ਕਰਕੇ ਕੇਂਦਰ ਧਰਮ ਧਾਰਮਿਕ ਰੀਤਾਂ ਰਸਮਾਂ ਦੀ ਮਨੌਤ ਉੱਤੇ ਜ਼ੋਰ ਦੇਣਾ ਸਨਾਤਨੀ ਸਮਾਜ ਦੀ ਚੂਲ ਬਣ ਗਿਆ ਵਰਣ ਵੰਡ। ਦੇਹਧਾਰੀ ਗੁਰੂ ਚੇਲੇ ਦੀ ਪਰੰਪਰਾ ਵੀ ਵੈਦਿਕ ਧਰਮ ਦੀ ਰੀੜ੍ਹ ਦੀ ਹੱਡੀ ਹੈ ਜੀ। ਅਰੇ ਉਸ ਵੇਲੇ ਉਹ ਕਹਿੰਦੇ ਕਿ ਬ੍ਰਾਹਮਣ ਹੀ ਗੁਰੂ ਅਤੇ ਪੁਜਾਰੀ ਹੋ ਸਕਦਾ ਜੀ। ਜਿਹੜੀ ਧਰਮ ਦੀ ਸਿੱਖਿਆ ਦੇਣੀ ਜਾਂ ਹੋਰ ਦੇਣੀ ਉਹ ਬ੍ਰਾਹਮਣ ਹੀ ਹੋ ਸਕਦਾ ਜੀ, ਹੋਰ ਨਹੀਂ ਹੋ ਸਕਦਾ। ਪਰ ਦੂਏ ਬੰਨੇ ਹੁਣ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ, ਉਹ ਕਹਿੰਦੀ ਕਬੀਰ ਬ੍ਰਾਹਮਣ ਹੈ, ਕਬੀਰ ਬ੍ਰਾਹਮਣ ਗੁਰੂ ਹੈ, ਜਗਤ ਕਾ ਭਗਤ ਕਾ ਗੁਰ ਨਾਹੀ ਜੀ ਜੀ ਜੀ। ਇਹ ਦੁਨੀਆਂ ਦਾ ਗੁਰੂ ਹੋਊ ਪਰ ਸਾਡਾ ਗੁਰੂ ਨਹੀਂ ਹੈ। ਬਿਲਕੁਲ, ਇਹਦੇ 'ਚ ਇਹ ਜਿਹੜੀ ਗੱਲ ਹੈ ਇਹ ਵੀ ਇਹਨਾਂ ਨੂੰ ਚੁੱਭਦੀ ਹੈ, ਕਿਉਂਕਿ ਗੁਰੂ ਨਾਨਕ ਸਾਹਿਬ ਨੇ ਜਿਹੜੀ ਜਾਤ ਪਾਤ ਦੀ ਸੱਟ ਮਾਰੀ ਉਹ ਗੁਰੂ ਗ੍ਰੰਥ ਸਾਹਿਬ 'ਚ ਪੂਰੀ ਸਾਨੂੰ ਵਿਚਾਰਧਾਰਾ 'ਚ ਮਿਲਦੀ ਹੈ। ਇਸ ਕਰਕੇ ਇਹਨਾਂ ਰੀਤਾਂ ਤੋਂ ਰਸਮਾਂ ਤੋਂ, ਇਹ ਗੁਰੂ ਨਾਨਕ ਤੋਂ ਪਹਿਲਾਂ ਦੀ ਮੈਂ ਗੱਲ ਕਰ ਰਿਹਾ ਜਦੋਂ ਉਹਨਾਂ ਨੂੰ ਇਹ ਸਭ ਕੁਝ ਕਰਨਾ ਪਿਆ ਜੀ। ਇਹ ਥੋੜ੍ਹਾ ਜਿਹਾ ਧਿਆਨ ਨਾਲ ਜਗਜੀਤ ਸਿੰਘ ਜੀ ਗੱਲ ਸੁਣਨ ਵਾਲੀ ਹੈ ਕਿ ਇਹ ਇਹਦੀ ਕਿੱਡੀ ਵੱਡੀ ਗਹਿਰੀ ਇੱਕ ਬ੍ਰਾਹਮਣ ਦੀ ਚਾਲ ਕਹਿ ਲਓ, ਸਾਜਿਸ਼ ਕਹਿ ਲਓ, ਦੂਜਿਆਂ ਨੂੰ ਆਪਣੇ ਅਧੀਨ ਰੱਖਣ ਦੀ। ਪਰ ਇਹ ਵੀ ਇੱਕ ਮਤ ਨਹੀਂ ਰਹਿ ਜੀ, ਚਾਰੇ ਵਰਨ ਵੀ ਇੱਕ ਮਤ ਨਹੀਂ ਰਹਿ। ਉਹ ਕਹਿੰਦਾ ਕਿ ਇਹਨਾਂ ਰੀਤਾਂ ਰਸਮਾਂ ਤੋਂ ਲਾਭ ਉਠਾਉਂਦੇ ਸੀ ਬ੍ਰਾਹਮਣ ਜੀ। ਇਸ ਕਾਰਾਗਰੀ ਨਾਲ ਬ੍ਰਾਹਮਣ ਦੇ ਘੇਰੇ ਤੋਂ ਬਾਹਰ ਦੇ ਵਸੋਂ ਦੇਵਤੇ ਵਿਸ਼ਵਾਸ ਪ੍ਰਥਾਵਾਂ ਉਹਨਾਂ ਸਾਰਿਆਂ ਨੂੰ ਆਪਣੇ ਨਾਲ ਰਲਾ ਲਿਆ ਜੀ। ਉਸ ਤੋਂ ਇਹ ਪਤਾ ਲੱਗਦਾ ਹੈ ਕਿ ਇਸ ਅਮਲ ਨੂੰ ਤੋਰਨ ਪਿੱਛੇ ਮੁੱਖ ਵਿਚਾਰ ਬ੍ਰਾਹਮਣਾਂ ਦੇ ਜਾਤੀ ਲਾਭ ਦਾ ਸੀ ਠੀਕ ਹੈ। ਉਹਨਾਂ ਦਾ ਲਾਭ ਕਿੱਦਾਂ ਹੁੰਦਾ? ਸਨਾਤਨੀ ਪੁਜਾਰੀ ਹਲਕਿਆਂ ਵਿੱਚ ਕੋ ਖੁੱਲ੍ਹਾ ਸਮਾਜਿਕ ਵਿਚਾਰ ਨਾ ਕਦੇ ਪੈਦਾ ਹੋਇਆ ਅਤੇ ਨਾ ਹੋਣ ਦਿੱਤਾ ਗਿਆ ਗੁਰੂ ਨਾਨਕ ਤੋਂ ਪਹਿਲਾਂ ਜੀ। ਪਰ ਉਹਨਾਂ ਨੇ ਵਿਚਾਰ ਦਿੱਤੇ ਵੀ ਇੱਥੇ ਕੋਈ ਵੱਡਾ ਛੋਟਾ ਨਹੀਂ ਹੈ। ਇਹ ਵਿਸ਼ਵਾਸ ਜਿਹੜੇ ਇਹਨਾਂ ਦੇ ਉਪਨਿਸ਼ਦ ਦੇ ਲਿਖਣ ਵਾਲੇ ਖੱਤਰੀ ਹੋਏ ਆ, ਉਹ ਰਿਸ਼ੀ ਜਿਹਨਾਂ ਦਾ ਪੁਜਾਰੀ ਸ਼੍ਰੇਣੀ ਨਾਲ ਸੰਬੰਧ ਸੀ ਸਿੱਖ ਧਰਮ ਤੋਂ ਪਹਿਲਾਂ, ਬੁੱਧ ਧਰਮ ਅਤੇ ਜੈਨ ਧਰਮ ਖੁੱਲ੍ਹੇ ਤੌਰ 'ਤੇ ਬ੍ਰਾਹਮਣਾਂ ਦੇ ਵਿਰੁੱਧ ਖੱਤਰੀਆਂ ਦੀ ਬਗਾਵਤ ਸੀ ਜੀ। ਸਿੱਖ ਧਰਮ ਤੋਂ ਪਹਿਲਾਂ ਬੁੱਧ ਧਰਮ ਅਤੇ ਜੈਨ ਧਰਮ ਖੁੱਲ੍ਹੇ ਤੌਰ 'ਤੇ ਬ੍ਰਾਹਮਣਾਂ ਦੇ ਵਿਰੁੱਧ ਖੱਤਰੀਆਂ ਦੀ ਬਗਾਵਤ ਸੀ। ਭਾਗਵਤ ਦਾ ਬਾਨੀ ਭਗਵਾਨ ਸ਼੍ਰੀ ਕ੍ਰਿਸ਼ਨ ਅਤੇ ਉਹਨਾਂ ਦੇ ਮਤ ਦਾ ਸੰਬੰਧ ਗੈਰ ਬ੍ਰਾਹਮਣੀ ਅਤੇ ਗੈਰ ਰਵਾਇਤ ਨਾਲ ਹੈ ਜੀ। ਇਹ ਉਹਨੇ ਬਕਾਇਦਾ ਉਸ ਗ੍ਰੰਥ ਦਾ ਨਾਂ ਦਿੱਤਾ ਵੀ ਉਹ ਵੀ ਗੈਰ ਬ੍ਰਾਹਮਣ ਦੇ ਨਾਲ ਉਹਨਾਂ ਦੇ ਰਵਾਇਤ ਦਾ ਸੰਬੰਧ ਹੈ, ਈਵਨ ਭਾਗਵਤ ਗੀਤਾ ਦਾ। ਨਵੇਂ ਸਮੇਂ ਦੀ ਭਗਤੀ ਲਹਿਰ 'ਤੇ ਵੀ ਬਾਹਲਾ ਜਿਹੜਾ ਅਸਰ ਪਿਆ ਉਹ ਇਸਲਾਮ ਧਰਮ ਦਾ। ਸ਼ੰਕਰ ਆਪਣੀ ਫਿਲਾਸਫੀ ਦੇ ਗ੍ਰੰਥ ਵਿੱਚ ਭਗਤੀ ਦਾ ਸਿਰਫ ਇੱਕ ਵਾਰ ਕਰਦਾ, ਉਹ ਵੀ ਘਿਰਨਾ ਪ੍ਰਗਟ ਕਰਦਾ, ਕਿਉਂਕਿ ਰਾਮਚੰਦਰ ਕਹਿੰਦਾ ਸੀ ਕਿ ਸ਼ੂਦਰ ਭਗਤੀ ਕਰ ਹੀ ਨਹੀਂ ਸਕਦੇ। ਬਿਲਕੁਲ, ਇਹ ਆਪਣਾ ਸਾਰਿਆਂ ਨੇ ਸੁਣ ਲਿਆ ਜੀ। ਬ੍ਰਾਹਮਣਾਂ ਨੇ ਸੁਚੇਤ ਤੌਰ 'ਤੇ ਜਾਤ ਪਾਤੀ ਵਿਚਾਰਧਾਰਾ ਘੜੀ, ਧਾਰਮਿਕ ਪੁਸਤਕਾਂ ਤੋਂ ਸਹਿਤ ਵਿੱਚ ਹੀਰਾਫੇਰੀ ਕੀਤੀ ਅਤੇ ਰਵਾਇਤ ਨੂੰ ਅਦਲਿਆ ਬਦਲਿਆ। ਇਸੇ ਸਦਕੇ ਉਹ ਧਾਰਮਿਕ ਅਤੇ ਭਾਈਚਾਰ ਖੇਤਰ 'ਚ ਧੁਰਾ ਬਣ ਗਏ ਅਤੇ ਰਾਜਸੀ ਤਾਕਤ ਉੱਤੇ ਭਾਰੂ ਹੋ ਗਏ।
ਆ ਲਾਸਟ ਚਾਰ ਲੈਣਾ। ਬ੍ਰਾਹਮਣਵਾਦ ਨੇ ਸਿਧਾਂਤ ਥਾਪਿਆ ਕਿ ਮਨੁੱਖ ਆਪਣੇ ਗੁਣਾਂ ਕਰਕੇ ਨਹੀਂ ਸਗੋਂ ਪੈਦਾਇਸ਼ ਕਰਕੇ ਉੱਚੇ ਨੀਵੇਂ ਰਹਿਣਗੇ ਜੀ। ਜੇ ਇੱਕ ਆਦਮੀ ਦਾ ਜਨਮ ਉੱਚੀ ਜਾਤ ਵਿੱਚ ਹੋਇਆ ਤਾਂ ਉਹ ਉੱਚਾ, ਭਾਵੇਂ ਉਹ ਚੋਰ ਆ, ਡਾਕੂ ਆ, ਉਹ ਲੁੱਚਾ, ਪਰ ਉਹ ਉੱਚਾ ਬ੍ਰਾਹਮਣ ਜਿਹੜਾ ਉੱਚੀ ਜਾਤ 'ਚ ਪੈਦਾ ਹੋਇਆ। ਜਿਸ ਦਾ ਜਨਮ ਨੀਵੀਂ ਜਾਤ 'ਚ ਪੈਦਾ ਹੋਇਆ ਉਹ ਜਿਹੜਾ ਜਿੰਨੇ ਮਰਜ਼ੀ ਉੱਚੇ ਆਚਾਰ ਦਾ ਮਾਲਕ ਹੋਵੇ ਜੀ, ਜਿੰਨੇ ਮਰਜ਼ੀ ਨੈਤਿਕ ਕਦਰਾਂ ਕੀਮਤਾਂ ਦਾ ਹਾਮੀ ਹੋਵੇ, ਪਰ ਉਹ ਕਹਿੰਦੇ ਆ ਵੀ ਉਹ ਨੀਵੇਂ ਰਹੂਗਾ। ਜਮਾਤ ਅਤੇ ਜਾਤ ਆਪਸ ਵਿੱਚ ਮਿਲਦੇ ਨਹੀਂ। ਹੁਣ ਆ ਕਿ ਸਿੱਖ ਧਰਮ ਨੇ ਬ੍ਰਾਹਮਣ ਦੀ ਸਰਬ ਉੱਚਤਾ ਨੂੰ ਮੁੱਢੋਂ ਹੀ ਰੱਦ ਕੀਤਾ ਜੀ। ਜੋ ਤੂੰ ਬ੍ਰਾਹਮਣ ਬ੍ਰਾਹਮਣ ਹੀ ਜਾਇਆ ਤੋਂ ਆਨ ਬਾਟ ਕਾ ਹੀ ਨਹੀਂ ਆਇਆ, ਤੁਮ ਕਦ ਬ੍ਰਾਹਮਣ ਹਮ ਕਦ ਸੂਦ, ਹਮ ਕਦ ਲੂਹੂ ਤੁਮ ਕਦ ਦੂਧ, ਇਹ ਨਿਤਾਰਾ ਕਰ ਦਿੱਤਾ ਨਾ ਜੀ। ਬਿਲਕੁਲ, ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਹੈ ਗਾਹਾਂ, ਉਹਨਾਂ ਨੇ ਸਪਸ਼ਟ ਕਰ ਦਿੱਤਾ ਵੀ ਭਾਈ ਨੀਚਾਂ ਸਾਡੀ ਜਿਹੜੀ ਬਿਰਤੀ ਹੈ, ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ, ਨਾਨਕ ਤਿੰਨ ਕੇ ਸਿੰਘ ਸਾਥ ਵੱਡਿਆ ਕਿਉਂ ਕਿਹਾ ਰੀਸ। ਹੁਣ ਇਹ ਜਿਹੜਾ ਗੁਰੂ ਨਾਨਕ ਸਾਹਿਬ ਦਾ ਆਹ ਫਲਸਫਾ ਜਿਹੜਾ ਜੀ, ਇਹਨੂੰ ਹੁਣ ਇਹ ਔਰ ਇਹ ਫਲਸਫਾ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ 'ਚ ਮੌਜੂਦ ਆ, ਅਤੇ ਗੁਰੂ ਗ੍ਰੰਥ ਸਾਹਿਬ ਨੂੰ ਅਸੀਂ ਗੁਰੂ ਦੇ ਰੂਪ 'ਚ, ਕਿਉਂਕਿ ਸਿਧਾਂਤਕ ਰੂਪ 'ਚ ਸਾਡੇ ਗੁਰੂ ਗ੍ਰੰਥ ਸਾਹਿਬ ਗੁਰੂ ਆ। ਬਿਲਕੁਲ, ਸੋ ਇਹ ਸਾਰੀ ਚੀਜ਼ ਨੂੰ ਉਲਟਾਉਣ ਲਈ ਸਰਦਾਰ ਜਗਜੀਤ ਸਿੰਘ ਜੀ ਇਹ ਜਦੋਂ ਗੁਰੂ ਗ੍ਰੰਥ ਸਾਹਿਬ 'ਚ ਕਿਤੇ ਰਾਮ ਜਾਂ ਰਮਾਇਣ ਦੀ ਗੱਲ ਆਉਂਦੀ ਹੈ ਜੀ, ਅਤੇ ਉਹਨੂੰ ਇਹ ਸੱਚ ਬਣਾ ਕੇ ਪ੍ਰਚਾਰ ਰਿਹਾ, ਜਿਹੜਾ ਕਿ ਬਹੁਤ ਹੀ ਗਲਤ ਗੱਲ ਆ। ਇਹ ਸਿਰਫ ਇੱਕ ਅੱਧਾ ਕੁ ਪ੍ਰਸੈਂਟ ਵਿੱਚ ਮਿਸਾਲਾਂ ਦਿੱਤੀਆਂ ਸਿੱਧ ਕਰਨ ਨੂੰ, ਇਸ ਕਰਕੇ ਸਾਡੇ ਪ੍ਰਚਾਰਕਾਂ ਨੂੰ ਬਹੁਤ ਧਿਆਨ ਦੇਣਾ ਚਾਹੀਦਾ ਕਿ ਗੱਲ ਸਿਧਾਂਤ ਦਾ ਪ੍ਰਚਾਰ ਕਰੋ ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਦੱਸਿਆ। ਬਿਲਕੁਲ, ਜਿਹਨਾਂ ਨੇ ਹਾਂ, ਔਰ ਇਹਦੇ ਨਾਲ ਨਾਲ ਆਪਾਂ ਇਹ ਵੀ ਐਡ ਕਰ ਦਈਏ ਕਿ ਸੰਗਤ ਨੂੰ ਵੀ ਜਾਗਰੂਕ ਹੋਣ ਦੀ ਲੋੜ ਹੈ, ਕਿਉਂਕਿ ਜਿਹੜੀ ਪੜ੍ਹਨ ਦੀ ਬਿਰਤੀ ਹੈ ਉਹ ਸਾਡੀ ਕੌਮ ਦੇ ਵਿੱਚ, ਈਵਨ ਕਿ ਉਸ ਖਿੱਤੇ ਦੇ ਵਿੱਚ ਹੀ ਜਿਹੜੀ ਇੰਨੀ ਜ਼ਿਆਦਾ ਘੱਟ ਗਈ ਹੈ ਕਿ ਆਪਾਂ ਆਪਣੇ ਆਪ ਕੋਈ ਨੌਲੇਜ ਜਿਹੜੀ ਹੈ ਉਹ ਲੈਣੀ ਨਹੀਂ ਚਾਹੁੰਦੇ। ਅਤੇ ਜੇ ਕੋਈ ਪ੍ਰਚਾਰਕ ਇਸ ਤਰ੍ਹਾਂ ਦੀ ਗੱਲਬਾਤ ਕਰਦਾ ਵੀ ਹੈ ਤਾਂ ਉਸਦਾ ਜਿਹੜਾ ਵਿਰੋਧ ਕਰਨਾ ਚਾਹੀਦਾ, ਕਿਉਂਕਿ ਅੱਜ ਦੇ ਸਮੇਂ ਦੇ ਵਿੱਚ ਜੇ ਆਪਾਂ ਕਹੀਏ ਕਿ ਸਾਡੇ ਕੋਲ ਜਿਹੜਾ ਸਮਾਂ ਹੈ ਬਹੁਤ ਲਿਮਿਟਡ ਜਿਹਾ ਰਹਿ ਗਿਆ, ਬਹੁਤ ਥੋੜ੍ਹਾ ਸਮਾਂ ਹੈ, ਲੋਕ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਨੇ, ਆਪਣੇ ਹੋਰ ਕੰਮਾਂ ਕਾਰਾਂ ਦੇ ਵਿੱਚ ਬਿਜ਼ੀ ਹੁੰਦੇ ਨੇ, ਜਾਂ ਬੱਚਿਆਂ ਦੇ ਵਿੱਚ ਬਿਜ਼ੀ ਹੁੰਦੇ ਨੇ, ਅਤੇ ਉਸ ਦੇ ਵਿੱਚੋਂ ਥੋੜ੍ਹਾ ਜਿਹਾ ਸਮਾਂ ਕੱਢ ਕੇ ਜੇ ਗੁਰੂ ਗੁਰਦੁਆਰਾ ਸਾਹਿਬ ਦੇ ਵਿੱਚ ਜਾ ਕੇ ਦਰਸ਼ਨ ਕਰਦੇ ਨੇ, ਅਤੇ ਜੇ ਉੱਥੇ ਸਾਨੂੰ ਗੁਰਮਤਿ ਦੀ ਗੱਲ ਨਹੀਂ ਮਿਲਣੀ ਤਾਂ ਸਾਨੂੰ ਉਸ ਦਾ ਓਬਜੈਕਸ਼ਨ ਤਾਂ ਕਰਨਾ ਹੀ ਚਾਹੀਦਾ ਹੈ ਨਾ, ਕਿ ਉਸ ਸਮੇਂ ਦੇ ਵਿੱਚ ਪ੍ਰਚਾਰਕਾਂ ਨੂੰ ਵੀ ਇਹ ਵੀ ਚਾਹੀਦਾ ਹੈ ਕਿ ਉਹ ਘੋਟ ਕੇ ਜਿਹੜਾ ਗੁਰਬਾਣੀ ਦਾ ਸਿਧਾਂਤ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਿਧਾਂਤ ਹੈ, ਉਹ ਦਿੱਤਾ ਜਾਵੇ, ਨਾ ਕਿ ਇਤਿਹਾਸਿਕ ਕਹਾਣੀਆਂ ਜਿਹੜੀਆਂ ਉਹ ਸੁਣਾਈਆਂ ਜਾਣ। ਕਿਉਂਕਿ ਜਿੰਨਾ ਆਪਣੇ ਕੋਲ ਜ਼ਿਆਦਾ ਸਮਾਂ ਹੋਵੇਗਾ ਫਿਰ ਤਾਂ ਆਪਾਂ ਨੌਲੇਜ ਵੱਧ ਲੈ ਸਕਦੇ ਹਾਂ, ਪਰ ਜਦੋਂ ਸਾਡੇ ਕੋਲ ਥੋੜ੍ਹਾ ਸਮਾਂ ਹੈ ਤਾਂ ਸਾਨੂੰ ਕੋਸ਼ਿਸ਼ ਇਹੀ ਕਰਨੀ ਚਾਹੀਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਜੁੜਿਆ ਜਾ ਸਕੇ। ਹੁਣ ਵੇਲਾ ਹੋ ਗਿਆ ਇੱਕ ਬ੍ਰੇਕ ਦਾ, ਅਤੇ ਬ੍ਰੇਕ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ ਉਸ ਟਾਈਮ ਦੀ 1675 ਤੋਂ ਲੈ ਕੇ ਅਤੇ 1699 ਤੱਕ ਗੁਰੂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ ਕਿਸ ਤਰੀਕੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਗੁਰਗੱਦੀ 'ਤੇ ਵਿਰਾਜਮਾਨ ਹੁੰਦੇ ਨੇ ਅਤੇ ਕਿਸ ਤਰੀਕੇ ਦੇ ਨਾਲ ਕੌਮ ਨੂੰ ਸੇਧ ਦਿੰਦੇ ਨੇ। ਮਿਲਦੇ ਹਾਂ ਆਪਾਂ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। 106 ਦੇਸ਼ਾਂ ਵਿੱਚ ਦੇਖੇ ਜਾ ਰਹੇ ਅਕਾਲ ਚੈਨਲ ਦੇ ਕੋਲ ਦੁਨੀਆਂ ਦੇ ਕਿਸੇ ਵੀ ਕੋਨੇ ਤੋਂ ਲਾਈਵ ਜਾਂ ਡੀ ਲਾਈਵ ਕਰਨ ਦੀ ਪੂਰੀ ਟੈਕਨੋਲੋਜੀ ਮੌਜੂਦ ਹੈ। ਸਾਰਾ ਪ੍ਰੋਗਰਾਮ ਹਾਈ ਡੈਫੀਨੇਸ਼ਨ ਤੇ ਕਵਰ ਕੀਤਾ ਜਾਵੇਗਾ। ਜੇ ਤੁਸੀਂ ਗੁਰੂ ਮਹਾਰਾਜ ਦੇ ਪੈਗਾਮ ਨੂੰ ਘਰ ਘਰ ਤੱਕ ਪਹੁੰਚਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਪ੍ਰੋਗਰਾਮ ਰਿਕਾਰਡ ਕਰਵਾਉਣ ਲਈ ਸੰਪਰਕ ਕਰੋ 0770274890 6 ਤੇ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। ਹਾਂਜੀ, ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਆਪ ਜੀ ਦਾ ਸਵਾਗਤ ਹੈ, ਅਤੇ ਬ੍ਰੇਕ ਤੋਂ ਪਹਿਲਾਂ ਆਪਾਂ ਜਿਹੜੀ ਗੱਲਬਾਤ ਕਰਕੇ ਆਏ ਹਾਂ ਅਜੋਕੇ ਸਿੱਖ ਪ੍ਰਚਾਰ ਦੀ, ਅਤੇ ਜਾਂ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਾਡੀ ਵਿਰੋਧੀ ਤਾਕਤਾਂ ਨੇ ਉਹ ਆਪਣੇ ਇਤਿਹਾਸ ਨੂੰ ਸਾਡੇ ਸਿੱਖ ਇਤਿਹਾਸ ਦੇ ਵਿੱਚ ਰਲਗੜ ਜਿਹੜੀਆਂ ਕਰ ਰਹੀਆਂ ਨੇ, ਜਾਂ ਪ੍ਰਚਾਰਕਾਂ ਦੇ ਵੱਲੋਂ ਜਿਹੜਾ ਹੈਗਾ ਇੰਨਾ ਜ਼ਿਆਦਾ ਆਪਾਂ ਕਹੀ ਕਿ ਸੂਝਵਾਨ ਤਰੀਕੇ ਦੇ ਨਾਲ ਪ੍ਰਚਾਰ ਨਹੀਂ ਕੀਤਾ ਜਾ ਰਿਹਾ, ਅਤੇ ਇਹਨਾਂ ਚੀਜ਼ਾਂ 'ਤੇ ਆਪਾਂ ਗੱਲਬਾਤ ਕੀਤੀ ਹੈ। ਅਤੇ ਹੁਣ ਆਪਾਂ ਅਗਲੇ ਬੰਨੇ ਚੱਲਦੇ ਹਾਂ, ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ ਹੀ ਸੀਗਾ ਕਿ ਕਿਸ ਤਰੀਕੇ ਦੇ ਨਾਲ ਗੁਰੂ ਪਾਤਸ਼ਾਹ ਦੀ ਜਿਹੜੀ ਸ਼ਹਾਦਤ ਹੈ ਹੁੰਦੀ ਹੈ ਉਸ 'ਤੇ ਇਤਿਹਾਸ ਬਾਰੇ ਗੱਲਬਾਤ ਕੀਤੀ ਸੀ, ਅਤੇ ਉਸ ਤੋਂ ਬਾਅਦ
1675 ਈਸਵੀ ਨੂੰ ਹੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ 'ਤੇ ਵਿਰਾਜਮਾਨ ਹੁੰਦੇ ਨੇ ਅਤੇ ਉਸ ਸਮੇਂ ਦੇ ਖਹਿਰਾ ਸਾਹਿਬ ਕੀ ਹਾਲਾਤ ਕੀ ਸਨ, ਕਿਹੜੀਆਂ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ, ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਦੱਸੋ। ਦੇਖੋ, ਸਰਦਾਰ ਜਗਜੀਤ ਸਿੰਘ ਜੀ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਨੂੰ ਉਹ ਗੁਰਗੱਦੀ ਦੇ ਗਏ ਜੀ। ਹੁਣ ਜਦੋਂ ਜੋਤ ਪ੍ਰਕਾਸ਼ ਹੋ ਜਾਂਦੀ ਹੈ ਕਿਸੇ ਸਰੀਰ 'ਚ, ਤਾਂ ਫਿਰ ਉੱਥੇ ਉਮਰ ਦਾ ਕੋਈ ਤਕਾਜ਼ਾ ਨਹੀਂ ਰਹਿ ਜਾਂਦਾ। ਬਿਲਕੁਲ, ਗੁਰੂ ਸਾਹਿਬ ਦੀ ਉਮਰ ਭਾਵੇਂ 9 ਸਾਲ ਆ, ਪਰ ਜੋਤ ਦਾ ਪ੍ਰਕਾਸ਼ ਹੋ ਚੁੱਕਾ ਜੀ। ਔਰ ਉਸ ਵੇਲੇ ਕੁਛ ਗੁਰੂ ਸਾਹਿਬ 'ਤੇ ਸਵਾਲ ਵੀ ਲੋਕਾਂ ਨੇ ਕੀਤੇ ਵੀ ਇਹਨਾਂ ਦੇ ਹਾਲੇ ਉਮਰ 19 ਸਾਲ ਆ, ਏਡਾ ਵੱਡਾ ਭਾਰ ਕਿੱਦਾਂ ਚੱਕਣਗੇ ਜੀ। 9 ਸਾਲ, 9 ਸਾਲ ਦੀ ਉਮਰ ਆ ਜੀ। ਉੱਥੇ ਜਿਹੜੇ ਗੁਰੂ ਸਾਹਿਬ ਨੇ ਦੋ ਗੱਲਾਂ ਸਾਰਿਆਂ ਨੂੰ ਸਮਝਾਉਣ ਲਈ ਕਹੀਆਂ। ਉਹ ਕਹਿੰਦੇ ਕਿ ਦੇਖੋ, ਜਿਹੜੇ ਮੂੜ ਲੋਕ ਮੈਨੂੰ ਅਤੇ ਗੁਰੂ ਨਾਨਕ ਨੂੰ ਵੱਖ ਵੱਖ ਸਮਝਦੇ, ਉਹ ਮੂਰਖ ਲੋਕ ਆ। ਭਿੰਨ ਭਿੰਨ ਸਭੂ ਕਰ ਜਾਣਾ, ਏਕ ਜੋਤ ਕਿਨਹੂੰ ਪਹਿਚਾਨਾ, ਜਿਨ ਜਾਨਾ ਤਿੰਨ ਹੀ ਸਿੱਧ ਹੋਈ, ਬਿਨ ਸਮਝੇ ਸਿੱਧ ਹਾਥ ਨਾ ਆਈ। ਔਰ ਇਹ ਬੜਾ ਕਲੀਅਰ ਸਾਨੂੰ ਮਿਲਦਾ, ਹਮੂ ਗੁਰੂ ਗੋਬਿੰਦ ਸਿੰਘ ਹਮੂ ਨਾਨਕ ਅਸਤ ਜੀ, ਕਿ ਗੁਰੂ ਨਾਨਕ ਅਤੇ ਮੇਰੇ 'ਚ ਕੋਈ ਫਰਕ ਨਹੀਂ ਹੈ, ਜਿਹੜਾ ਮੇਰੇ ਅਤੇ ਗੁਰੂ ਨਾਨਕ 'ਚ ਫਰਕ ਸਮਝਦਾ ਉਹ ਮੂੜ ਆ ਜੀ। ਪਹਿਲੀ ਗੱਲ ਸਪਸ਼ਟ ਸਮਝਣ ਵਾਲੀ ਇਹ ਹੈ ਬਿਲਕੁਲ, ਕਿ ਗੁਰੂ ਗੋਬਿੰਦ ਸਿੰਘ ਦੀ ਉਮਰ ਭਾਵੇਂ 9 ਸਾਲ ਆ, ਪਰ ਗੁਰੂ ਨਾਨਕ ਦੀ ਜੋਤ ਆ ਅਤੇ ਗੁਰੂ ਨਾਨਕ ਦਾ ਫਲਸਫਾ। ਹੁਣ ਉਸ ਵੇਲੇ ਕੀ ਹੈ ਕਿ ਜੇ ਜੋਤ ਨਾ ਹੁੰਦੀ, ਕੋਈ ਸਧਾਰਨ ਬੰਦਾ ਹੁੰਦਾ, ਅਤੇ ਫਿਰ ਗੁਰੂ ਸਾਹਿਬ ਦੇ ਕੋਲ ਤਾਂ ਭਾਈ ਉੱਥੇ ਹੁਣ ਸੇਵਕ ਵੀ ਆ, ਆਪਣੇ ਸਿੱਖੀ ਸੇਵਕੀ ਵੀ ਬੜੀ ਆ, ਦਸਵੰਧ ਵੀ ਆਉਂਦਾ, ਭੇਟਾਂ ਵੀ ਆਉਂਦੀਆਂ ਜੀ, ਅਤੇ ਉਹ ਆਰਾਮ ਨਾਲ ਬੈਠੇ ਰਹਿੰਦੇ। ਜੇ ਗੁਰੂ ਨਾਨਕ ਦੀ ਜੋਤ ਦੇ ਸਿਧਾਂਤ ਦਾ ਉਹਨਾਂ ਨੇ ਪ੍ਰਚਾਰ ਨਾ ਕਰਨਾ ਹੁੰਦਾ, ਅਤੇ ਫਿਰ ਸਭ ਕੁਛ ਪਰਮਾਤਮਾ ਨੇ ਦਿੱਤਾ ਸੀਗਾ ਜੋ ਅੱਜ ਸਾਡੇ ਬੰਦੇ ਭਾਲਦੇ ਫਿਰਦੇ, ਉਹ ਆਰਾਮ ਨਾਲ ਬਹਿ ਜਾਂਦੇ ਜੀ। ਪਰ ਐਸਾ ਨਹੀਂ ਸੀ, ਉਹਨਾਂ ਦੀ ਇੱਕ ਡਿਊਟੀ ਜਿਹੜੀ ਗੁਰੂ ਨਾਨਕ ਵੱਲੋਂ ਇਸ ਸਿਧਾਂਤ ਨੂੰ ਅੱਗੇ ਤੋਰਨ ਦੀ ਜੀ। ਜਾਂ ਦੇਖੋ, ਇਹ ਜਗਜੀਤ ਸਿੰਘ ਜੀ, ਥੋੜ੍ਹੀ ਜਿਹੀ ਮੈਂ ਇੱਕ ਬੇਨਤੀ ਕਰ ਲਵਾਂ ਕਿ ਗੁਰੂ ਤੇਗ ਬਹਾਦਰ ਦੀ ਸ਼ਹਾਦਤ ਗੁਰੂ ਨਾਨਕ ਤੋਂ ਗੱਲ ਤੁਰਦੀ ਆ, ਬਾਬੇ ਕਹਿੰਦੀ ਅਤੇ ਬਾਬਰ ਕਹਿੰਦੀ। ਬਿਲਕੁਲ ਠੀਕ ਹੈ ਨਾ ਜੀ ਗੱਲ ਜੀ। ਹੁਣ ਬਾਬੇ ਕਿਆਂ ਵੱਲੋਂ ਹੈ ਗੁਰੂ ਗੋਬਿੰਦ ਸਿੰਘ ਆ ਗਏ ਜੀ, ਬਾਬਰ ਕਿਆਂ ਵੱਲੋਂ ਹੈ ਔਰੰਗਜ਼ੇਬ। ਪਰ ਇਤਿਹਾਸ 'ਚ ਇੱਕ ਨੋਟ ਕਰਨ ਵਾਲੀ ਗੱਲ ਹੈ ਕਿ ਬਾਬਿਆਂ ਕਹਿ ਕੇ, ਇਹ ਗਲਤ ਵੈਸੇ ਮਗਰੋਂ ਸੀ, ਪਰ ਚਲੋ ਥੋੜ੍ਹਾ ਜਿਹਾ ਵਿੱਚ ਕਰ ਲੈਂਦੇ ਹਾਂ। ਬਾਬੇ ਕਿਆਂ ਦੇ ਵੱਲੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਹੜੇ ਆ, ਇਹ ਬਕਾਇਦਾ ਸ਼ਬਦ ਗੁਰੂ ਨੂੰ ਗੁਰਗੱਦੀ 'ਤੇ ਸਵਾਭਿਮਾਨ ਕਰਕੇ ਪੰਥ ਨੂੰ ਗੁਰਿਆਈ ਸੌਂਪ ਕੇ ਜਫਰਨਾਮਾ ਲਿਖ ਕੇ ਜੋਤੀ ਜੋਤ ਸਮਾਉਂਦੇ ਜੀ। ਔਰ ਬਾਬਰ ਕਿਆਂ ਦਾ ਔਰੰਗਜ਼ੇਬ ਜਿਹੜਾ ਉਹ ਸ਼ਿਕਸ਼ਤਨਾਮਾ ਲਿਖ ਕੇ ਮਰਦਾ ਜੀ। ਇੰਨੀ ਕੁ ਗੱਲ ਆ, ਹੁਣ ਆਪਾਂ ਉੱਥੇ ਆਉਂਦੇ ਹਾਂ। ਹੁਣ ਉਸ ਵੇਲੇ ਕੀ ਹੈ ਕਿ ਇੱਕ ਤਾਂ ਔਰੰਗਜ਼ੇਬ ਨੂੰ ਵੀ ਚੈਲੇਂਜ ਆ ਵੀ ਉਹਨਾਂ ਨੇ ਇਸਲਾਮ ਧਾਰਨ ਨਹੀਂ ਕੀਤਾ, ਤੂੰ ਜੋ ਕਰਨਾ ਕਰ। ਦੂਜੇ ਬੰਨੇ ਕੀ ਹੈ ਕਿ ਘਰ 'ਚੋਂ ਵੀ ਜਿਹੜੇ ਹੁਣ ਸ਼ਰੀਕ ਹੈ, ਛੇਕੇ ਆ, ਜਿੱਦਾਂ ਰਾਮ ਰਾਏ ਆ, ਧੀਰ ਮਿਲ ਗਏ ਆ ਜੀ, ਹੁਣ ਉਹਨਾਂ ਦੀ ਮੁਖਾਲਫਤ ਵੀ ਹੈ। ਜੇ 9 ਸਾਲ ਦੀ ਉਮਰ 'ਚ ਗੁਰੂ ਜੋਤ ਪ੍ਰਵੇਸ਼ ਨਾ ਕਰਦੀ ਹੋਵੇ ਜੀ, ਘਰ ਵੱਲੋਂ ਵੀ ਸਾਰਾ ਆਲਾ ਦੁਆਲਾ ਜਿਹੜਾ ਉਹਨਾਂ ਦੇ ਵਿਰੋਧੀ ਹੈ। ਠੀਕ, ਰਾਮ ਰਾਏ ਹੋ ਗਿਆ। ਔਰ ਦੂਸਰੀ ਗੱਲ ਜਿਹੜੀ ਜਗਜੀਤ ਸਿੰਘ ਜੀ ਆ, ਰਾਮ ਰਾਏ ਕੋਲ ਵੀ ਜਿਹੜੀ ਗੱਲ ਆਪਾਂ ਬਹੁਤ ਵਾਰੀ ਸੁਣੀ ਹੈ, ਇਹ ਵਿੱਚ ਆਉਂਦੀ, ਥੋੜ੍ਹਾ ਜਿਹਾ ਇਹਨੂੰ ਕਲੀਅਰ ਕਰ ਲਈਏ ਜੀ। ਔਰੰਗਜ਼ੇਬ ਨੇ ਜਦੋਂ ਰਾਮ ਰਾਏ ਨੂੰ ਇਹ ਗੱਲ ਪੁੱਛੀ ਸੀ ਨਾ ਵੀ ਇਹਦੇ 'ਚ ਆ ਜਿਹੜਾ ਤੁਸੀਂ ਕਹਿੰਦੇ ਮਿੱਟੀ ਮੁਸਲਮਾਨ ਦੀ ਪੇੜੇ ਪਈ ਘੁਮਿਆਰ, ਅਤੇ ਉਹਨੇ ਪ੍ਰਭਾਵ 'ਚ ਕਹਿ ਲਓ, ਲਾਲਚ ਕਹਿ ਲਓ, ਆ ਕੇ ਕਹਿ ਦਿੱਤਾ ਸੀ ਵੀ ਨਹੀਂ, ਉਹ ਮਿੱਟੀ ਮੁਸਲਮਾਨ ਦੀ ਨਹੀਂ, ਮਿੱਟੀ ਮਹਿਮਾਨ ਦੀ ਹੈ ਜੀ। ਸਹੀ ਮੈਨਿਆਂ 'ਚ ਔਰੰਗਜ਼ੇਬ ਪੰਗਤੀ ਬਦਲਾਉਣੀ ਚਾਹੁੰਦਾ ਸੀ ਜੀ, ਪਰ ਹਾਲੇ ਕਿ ਰਾਮ ਰਾਏ ਨੇ ਜ਼ਬਾਨੀ ਕਲਾਮੀ ਇਹ ਗੱਲ ਕਹੀ ਸੀ ਜੀ, ਪਰ ਗੁਰੂ ਨੇ ਕਿਹਾ ਮੁੜ ਕੇ ਸਾਡੇ ਮੱਥੇ ਨਾਲ ਲੱਗੀ। ਜ਼ਬਾਨੀ ਕਲਾਮੀ ਬਦਲਾਉਣ ਦਾ ਵੀ ਤੈਨੂੰ ਹੱਕ ਨਹੀਂ ਹੈ, ਅਤੇ ਆਹ ਹੁਣ ਜਿਹੜਾ ਉਹ ਆਪਣੇ ਹੱਥੀਂ ਸਭ ਕੁਛ ਕਰ ਰਹੇ ਹਾਂ ਤਾਂ ਬਿਲਕੁਲ ਗਲਤ ਗੱਲ ਨਾ। ਹੁਣ ਗੁਰੂ ਸਾਹਿਬ ਦੇ ਸਾਹਮਣੇ ਉਸ ਵੇਲੇ 3 ਚੀਜ਼ਾਂ ਜਿਹੜੀਆਂ ਚੈਲੇਂਜ ਆ ਸਾਹਮਣੇ ਆ, ਘਰਦਿਆਂ ਦੀ ਵਿਰੋਧਤਾ ਵੀ ਹੈ ਜੀ, ਦੂਸਰੇ ਬੰਨੇ ਜਗਜੀਤ ਸਿੰਘ ਜੀ 22 ਧਾਰ ਦੇ ਰਾਜਿਆਂ ਦੀ ਵੀ ਪੂਰਨ ਵਿਰੋਧਤਾ ਹੈ। ਉਹ ਕਿਉਂ,
ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਸਾਹਿਬ ਦੇ ਮਿਸ਼ਨ ਨੂੰ ਤੋਰਾਂਗੇ, ਅਸੀਂ ਕਿਸੇ ਵਰਣਵੰਡ ਨੂੰ ਨਹੀਂ ਮੰਨਦੇ, ਅਸੀਂ ਕਿਸੇ ਜਾਤ ਪਾਤ ਨੂੰ ਨਹੀਂ ਮੰਨਦੇ, ਔਰ ਇਹ ਜਿੰਨੀਆਂ ਜਾਤਾਂ ਹੈਗੀਆਂ ਅਸੀਂ ਕਿਸੇ ਨੂੰ ਛੋਟੀ ਵੱਡੀ ਨਹੀਂ ਸਮਝਦੇ, ਅਸੀਂ ਸਾਰਿਆਂ ਨੂੰ ਨਾਲ ਲੈ ਕੇ ਜਿਹੜੀ ਗੁਰੂ ਨਾਨਕ ਦੀ ਸੰਗਤ ਹੈ ਉਹਦੇ ਨਾਲ ਅਸੀਂ ਆਪਣਾ ਜਿਹੜਾ ਸੰਘਰਸ਼ ਅੱਗੇ ਰੱਖਾਂਗੇ। ਹੁਣ ਇਹ ਜਿਹੜੀ ਜਾਤ ਪਾਤ ਦੇ ਫਰਕ ਮੇਟਣ ਦੀ ਗੱਲ ਸੀ, ਮੇਟੀ ਭਾਵੇਂ ਜਿਹੜੀ ਮਰਿਆਦਾ ਬਣਾਈ ਉਹ ਆਪਾਂ 1699 'ਚ ਜੀ, ਪਰ ਗੁਰੂ ਨਾਨਕ ਸਾਹਿਬ ਨੇ ਗੱਦੀ 'ਤੇ ਬਹਿੰਦਿਆਂ ਜਾਂ ਗੱਦੀ ਦੀ ਜ਼ਿੰਮੇਵਾਰੀ ਸੰਭਾਲਦਿਆਂ ਹੀ ਜਦੋਂ ਇਹ ਐਲਾਨ ਬਾਈ ਧਾਰ ਦੇ ਰਾਜਾ ਨੇ ਸੁਣਿਆ ਜੀ, ਵੀ ਇਹ ਕਹਿੰਦਾ ਕੋਈ ਵੱਡਾ ਛੋਟਾ ਨਹੀਂ ਹੈ, ਉਹ ਗੱਲ ਜਿਹੜੀ ਬਾਈ ਧਾਰ ਦੇ ਹਿੰਦੂ ਰਾਜਿਆਂ ਨੂੰ ਸਿੱਧਾ ਉਹ ਵੀ ਵਿਰੋਧੀ ਹੈ ਜੀ, ਅਤੇ ਘਰ ਦਾ ਮਾਹੌਲ ਜਿਹੜੇ ਛੇਕੇ ਗਏ ਉਹ ਵੀ ਵਿਰੋਧੀ ਹੈ, ਅਤੇ ਜਿਹੜਾ ਰੰਗਜੇਬ ਆ ਉਹ ਵੀ ਵਿਰੋਧੀ ਹੈ। ਇੱਥੇ ਸਗੋਂ ਜਦੋਂ ਇਹ ਕਹਿੰਦੇ ਆ ਨਾ ਜੀ ਲੋਕ ਵੀ ਗੁਰੂ ਗੋਬਿੰਦ ਸਿੰਘ ਖੌਰਾ ਮੁਸਲਮਾਨਾਂ ਦਾ ਵੈਰੀ ਸੀ, ਇੱਥੇ ਸਗੋਂ ਕੁਛ ਮੁਸਲਮਾਨ ਗੁਰੂ ਸਾਹਿਬ ਦੀ ਹਿਮਾਇਤ 'ਚ ਆ ਕੇ ਖੜ੍ਹੇ ਹੋਏ ਜੀ ਇਸ ਭੀੜ ਦੇ ਸਮੇਂ 'ਚ, ਕਿਉਂਕਿ ਉਹ ਔਰੰਗਜ਼ੇਬ ਦੇ ਵੀ ਵਿਰੁੱਧ ਸੀ ਜੀ, ਕਿਉਂਕਿ ਜਦੋਂ ਕੋਈ ਸਰਕਾਰ ਸ਼ਾਸਨ ਬਾਦਸ਼ਾਹ ਜਦੋਂ ਜ਼ੁਲਮ ਕਰਦਾ ਤਾਂ ਉਹਦੀ ਪਰਜਾ ਵੀ ਦੁਖੀ ਹੋ ਜਾਂਦੀ ਹੈ, ਬਿਲਕੁਲ। ਇਸ ਕਰਕੇ ਸਾਰੇ ਮੁਸਲਮਾਨ ਵੀ ਔਰੰਗਜ਼ੇਬ ਨੂੰ ਚੰਗਾ ਨਹੀਂ ਸੀ ਸਮਝਦੇ, ਔਰ ਔਰੰਗਜ਼ੇਬ ਜਿਹੜਾ ਉਸ ਵੇਲੇ ਕੀ ਸੀਗਾ ਇਹ ਦੱਖਣ 'ਚ ਮਰਹੱਟਿਆਂ ਨੂੰ ਅਤੇ ਉੱਥੇ ਜ਼ਿਆਦਾ ਸੀਗੇ ਸ਼ੀਆ ਫਿਰਕੇ ਦੇ ਮੁਸਲਮਾਨ, ਠੀਕ। ਇਹ ਬਹੁਤ ਚਿਰ ਇਹ ਫਿਰ ਗੁਰੂ ਗੋਬਿੰਦ ਸਿੰਘ ਜੀ ਨੂੰ ਸਮਾਂ ਮਿਲ ਗਿਆ ਤਿਆਰੀ ਕਰਨ ਦਾ ਜੀ, ਕਿਉਂਕਿ ਇਹ ਜਿਹੜਾ ਔਰੰਗਜ਼ੇਬ ਸੀ ਇਹ ਬਹੁਤ ਚਿਰ ਇਹਨੂੰ ਦੱਖਣ 'ਚ ਰਹਿਣਾ ਪਿਆ। ਸ਼ਿਵਾਜੀ ਮਰਾਠੇ ਦੀ ਮੌਤ ਹੁੰਦੀ 1680 'ਚ, ਉਦੋਂ ਬਾਅਦ ਉਹਦੇ ਮੁੰਡੇ ਨੂੰ ਹੱਥਾਂ 'ਚੋਂ ਲਿਆ, ਸ਼ਰਾਬੀ ਖੁਆਬੀ ਸੀ, ਅਤੇ ਖਾਸ ਕਰ ਜਿਹੜੇ ਉੱਥੇ ਸ਼ੀਆ ਫਿਰਕੇ ਦੇ ਮੁਸਲਮਾਨ ਸੀ ਹਾਂਜੀ, ਉਹਦੇ ਨਾਲ ਇਹਨੂੰ ਬਹੁਤ ਇਹਦੀ ਟੱਕਰ ਸਖਤ ਹੋਈ। ਇਸ ਕਰਕੇ ਔਰੰਗਜ਼ੇਬ ਬਹੁਤ ਚਿਰ ਮੁੜ ਕੇ ਦਿੱਲੀ ਨਾ ਆ ਸਕਿਆ। ਹੁਣ ਜਿਹੜਾ ਪੰਜਾਬ ਦਾ ਪ੍ਰਬੰਧ ਸੀਗਾ ਜਿੱਥੇ ਗੁਰੂ ਸਾਹਿਬ ਆਉਂਦੇ ਆ ਜਾਂ ਉਹਨਾਂ ਦੀ ਕਰਮ ਭੂਮੀ ਸੀ ਜੀ, ਉੱਥੇ ਉਹ ਗਵਰਨਰ ਜਿਹੜਾ ਸੀਗਾ ਉਹਦੇ ਹੁਕਮ ਤਾਂ ਹੁਣ ਔਰੰਗਜ਼ੇਬ ਦਾ ਚੱਲਣਾ ਸੀ ਹਾਂਜੀ, ਪਰ ਕੋਈ ਵੀ ਗਵਰਨਰ ਇਤਿਹਾਸ ਕਹਿੰਦਾ ਕਿ ਪੰਜਾਬ ਦਾ ਕੰਟਰੋਲ ਸਹੀ ਢੰਗ ਨਾਲ ਨਾ ਕਰ ਸਕਿਆ, ਔਰ ਇਹਨੇ 20 ਸਾਲਾਂ 'ਚ 20 ਗਵਰਨਰ ਬਦਲੇ, ਠੀਕ ਹੈ। ਔਰੰਗਜ਼ੇਬ ਨੇ ਉਹ ਗੱਲ ਉਹਦੀ ਬਣਦੀ ਨਹੀਂ ਸੀ, ਪਰ ਇਹਦਾ ਜਿਹੜਾ ਗੁਰੂ ਸਾਹਿਬ ਨੂੰ ਦੁਨਿਆਵੀ ਤੌਰ 'ਤੇ ਸਮਾਂ ਮਿਲ ਗਿਆ ਤਿਆਰੀ ਕਰਨ ਦਾ, ਕਿਉਂਕਿ ਔਰੰਗਜ਼ੇਬ ਦਾ ਧਿਆਨ ਸਾਰਾ ਜਿਹੜਾ ਦੱਖਣ 'ਚ ਸੀਗਾ, ਇਹ ਗੁਰੂ ਸਾਹਿਬ ਨੂੰ ਫਿਰ ਆਪਣਾ ਜਿਹੜਾ ਪੂਰਾ ਪੈਂਤੜਾ ਐਲਾਨ ਕੀਤੇ ਸਾਰੇ ਵੀ ਭਾਈ ਅਸੀਂ ਸਾਰੇ ਵੱਡੇ ਛੋਟਿਆਂ ਨੂੰ ਨਾਲ ਲੈ ਕੇ ਅਸੀਂ ਇਹ ਸੰਘਰਸ਼ ਕਰਾਂਗੇ, ਔਰ ਮੁਗਲੀਆ ਹਕੂਮਤ ਨੂੰ ਮੂੰਹ ਤੋੜਵਾਂ ਜਵਾਬ ਦਿਆਂਗੇ ਜਾਂ ਇਹਦੇ ਜ਼ੁਲਮ ਦਾ ਜਵਾਬ ਦਿਆਂਗੇ, ਜਿਹੜਾ ਇਹ ਧੱਕੇ ਨਾਲ ਸਾਰਿਆਂ ਦਾ ਧਰਮ ਬਦਲਦਾ ਅਸੀਂ ਇਹਨੂੰ ਚੈਲੇਂਜ ਕਰਾਂਗੇ ਜੀ। ਔਰ ਗੁਰੂ ਗੋਬਿੰਦ ਸਿੰਘ ਜੀ ਨੇ ਫਿਰ ਇਸ ਦੌਰਾਨ 'ਚ ਜੋ ਅਨੰਦਪੁਰ 'ਚ ਸੀਗਾ ਇੱਕ ਤਾਂ ਸਾਰੇ ਵਿਦਵਾਨ ਉੱਥੇ ਆਉਣੇ ਸ਼ੁਰੂ ਹੋ ਗਏ ਜੀ, ਉੱਥੇ ਇਹਨਾਂ ਨੇ ਬਕਾਇਦਾ ਜਿਹੜੇ ਸੀਗੇ ਉਸ ਵੇਲੇ ਹੁਣ ਹਥਿਆਰਾਂ ਦੀ ਵੀ ਲੋੜ ਆ, ਹਥਿਆਰਾਂ ਦੇ ਕਾਰਖਾਨੇ ਲਵਾ ਲਏ, ਦੋਨੋਂ ਗੱਲਾਂ ਬਰਾਬਰ ਚੱਲਦੀਆਂ ਜੀ, ਬਾਣੀ ਵਾਲੀ ਵੀ ਸੰਤ ਵਾਲੀ ਵੀ ਅਤੇ ਸਿਪਾਹੀ ਵਾਲੀ ਵੀ, ਸਿਪਾਹੀ ਵਾਲੀ ਵੀ, ਬਿਲਕੁਲ। ਉਹਦੇ 'ਚ ਫਿਰ ਕੀ ਹੁੰਦਾ ਕਿ ਬਹੁਤ ਸਾਰੇ ਜਿਹੜੇ ਲੋਕ ਆ ਜਿੱਥੇ ਉਹ ਅਨੰਦਪੁਰ ਦੇ ਨਾਲ ਜੁੜਦੇ ਗਏ ਉੱਥੇ ਗੁਰੂ ਸਾਹਿਬ ਦੇ ਇਸ ਪ੍ਰਚਾਰ ਦਾ ਸਭ ਤੋਂ ਜ਼ਿਆਦਾ ਅਸਰ ਹੋਇਆ ਕਿ ਅਸੀਂ ਗੁਰੂ ਨਾਨਕ ਸਾਹਿਬ ਦਾ ਇਹ ਬਚਨ ਕਿ ਨੀਚਾ ਅੰਦਰ ਨੀਚ ਜਾਤ ਨੀਚੀ ਹੁਆਤ ਨੀਚ ਨਾਨਕ ਤਿੰਨ ਕੇ ਸਿੰਘ ਸਾਥ ਸੰਘ ਸਾਥ ਵੱਡਿਆਂ ਸੋ ਗੁਰੀਸ ਜੀ, ਅਸੀਂ ਔਰੰਗਜ਼ੇਬ ਜਿਹੜਾ ਜ਼ੁਲਮ ਕਰਦਾ ਉਹਦੇ ਨਾਲ ਮੱਥਾ ਲਾਵਾਂਗੇ, ਦੂਜੇ ਸਾਰਿਆਂ ਨੂੰ ਅਸੀਂ ਆਪਣੇ ਹਿੱਕ ਨਾਲ ਲਾਵਾਂਗੇ, ਔਰ ਇਹ ਜਿਹੜੇ ਬਾਈ ਧਾਰ ਦੇ ਰਾਜੇ ਉੱਚੀ ਜਾਤ ਦਾ ਅਪਮਾਨ ਕਰਦੇ ਅਸੀਂ ਇਹਨਾਂ ਨੂੰ ਵੀ ਚੈਲੇਂਜ ਕਰਾਂਗੇ ਜੀ। ਇਹ ਸਾਰੇ ਜਿਹੜੇ ਗੁਰੂ ਸਾਹਿਬ ਦੇ ਜਿਹੜੇ ਚੈਲੇਂਜ ਵੀ ਹੋ ਗਏ, ਅਤੇ ਨਾਲ ਇਹ ਫਿਰ ਜਿੰਨਾ ਚਿਰ ਮੁੜ ਕੇ ਔਰੰਗਜ਼ੇਬ ਇੱਧਰ ਵਾਪਸ ਨਹੀਂ ਆਇਆ ਗੁਰੂ ਸਾਹਿਬ ਨੂੰ ਇਸ ਸਮੇਂ 'ਚ ਤਿਆਰੀ ਕਰਨ ਦਾ ਮੌਕਾ ਵੀ ਮਿਲ ਗਿਆ।
ਇੱਥੋਂ ਆਪਾਂ ਜਿਹੜਾ ਇਹਨਾਂ ਦੇ ਬਾਈ ਧਾਰ ਦੇ ਰਾਜਿਆਂ ਨੂੰ ਤਕਲੀਫ ਕਦੋਂ ਹੋਈ, ਇਹਨਾਂ ਦੇ ਨਾਲ ਇਹਨਾਂ ਦੀਆਂ ਪਹਿਲੀਆਂ ਲੜਾਈਆਂ ਕਿੱਦਾਂ ਸ਼ੁਰੂ ਹੋਈਆਂ, ਇਹ ਆਪਾਂ ਅਗਲੇ ਐਪੀਸੋਡ 'ਚ ਇਹਨੂੰ ਲੜੀਵਾਰ ਦੇ ਵਿੱਚ ਜਿਹੜੀ ਇੱਕ ਗੱਲ ਸਾਹਮਣੇ ਆਉਂਦੀ ਹੈ ਕਿ ਇੰਨਾ ਕੁਛ ਹੁੰਦੇ ਜੇ ਆਪਾਂ ਕਹੀਏ ਕਿ ਹਾਲਾਤ ਇੰਨੇ ਜ਼ਿਆਦਾ ਚੰਗੇ ਨਹੀਂ ਗਏ, ਪਰ ਉੱਥੇ ਵੀ ਗੁਰੂ ਪਾਤਸ਼ਾਹ ਨੇ ਕੋਈ ਸਮਝੌਤਾ ਨਹੀਂ ਕੀਤਾ, ਕਿਸੇ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ, ਕਿਉਂਕਿ ਬਾਈ ਧਾਰ ਦੇ ਰਾਜਿਆਂ ਵੱਲੋਂ ਵਾਰ ਵਾਰ ਇਹ ਔਫਰਾਂ ਵੀ ਹੁੰਦੀਆਂ ਸਨ ਕਿ ਸਾਡੇ ਲਈ ਵੱਖਰਾ ਅੰਮ੍ਰਿਤ ਤਿਆਰ ਕਰ ਦਿਓ ਜਾਂ ਇਸ ਤਰ੍ਹਾਂ, ਉਹ ਬਾਅਦ 'ਚ ਗੱਲਾਂ ਜਿਹੜੀਆਂ ਸਾਹਮਣੇ ਆਉਂਦੀਆਂ ਸਨ, ਪਰ ਗੁਰੂ ਪਾਤਸ਼ਾਹ ਨੇ ਸਿਧਾਂਤ ਦੇ ਨਾਲ ਸਮਝੌਤਾ ਨਹੀਂ ਕੀਤਾ। ਗੁਰੂ ਪਾਤਸ਼ਾਹ ਨੇ ਇਹ ਨਹੀਂ ਕਿਹਾ ਕਿ ਮੈਂ ਇਹਨਾਂ ਦੇ ਨਾਲ ਸਮਝੌਤਾ ਕਰ ਲੈਣਾ ਅਤੇ ਸ਼ਾਇਦ ਬਾਕੀ ਦੇ ਜਿਹੜੇ ਕੰਮ ਨੇ ਉਹ ਸਹੀ ਹੋ ਜਾਣਗੇ। ਅਤੇ ਉਹੀ ਗੱਲ ਅੱਜ ਦੇ ਅਜੋਕੇ ਸਮੇਂ ਦੇ ਵਿੱਚ ਵੀ ਆ ਜਾਂਦੀ ਹੈ ਕਿ ਜੇ ਅਸੀਂ ਸਿਧਾਂਤ ਦੇ ਨਾਲ ਸਮਝੌਤਾ ਕਰ ਲੈਂਦੇ ਹਾਂ ਤਾਂ ਸਾਡਾ ਬਹੁਤ ਕੁਛ ਜਿਹੜਾ ਹੈ ਉਹ ਸਵਰ ਜਾਂਦਾ ਹੈ, ਔਰ ਪੰਜਾਬ ਦੇ ਵਿੱਚ ਕੁਰਸੀਆਂ ਅਤੇ ਗੱਦੀਆਂ 'ਤੇ ਤੁਹਾਨੂੰ ਬੈਠੇ ਮਿਲ ਜਾਣਗੇ ਜਿਨ੍ਹਾਂ ਨੇ ਆਪਣਾ ਸਿਧਾਂਤ ਦੇ ਨਾਲ ਸਮਝੌਤਾ ਕੀਤਾ ਹੋਇਆ ਹੈ। ਪਰ ਗੁਰੂ ਪਾਤਸ਼ਾਹ ਦਾ ਇਹ ਸੰਦੇਸ਼ ਨਹੀਂ ਹੈ, ਜਿਹੜਾ ਸਿੱਖੀ ਦਾ ਸਿਧਾਂਤ ਹੈ, ਜਿਹੜਾ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ, ਉਸ ਦੇ ਨਾਲ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਸਮਝੌਤਾ ਹੈ ਉਹ ਨਹੀਂ ਹੋ ਸਕਦਾ। ਅਤੇ ਸਾਨੂੰ ਵੀ ਇਹ ਚਾਹੀਦਾ ਹੈ ਕਿ ਵੱਧ ਤੋਂ ਵੱਧ ਅਸੀਂ ਆਪਣੇ ਇਸ ਸਿੱਖ ਸਿਧਾਂਤ ਦੇ ਉੱਤੇ ਪੈਰਾ ਦਈਏ। ਕੋਈ ਸੈਕਿੰਡ ਲੈਣਾ ਜੀ, ਗੁਰੂ 'ਤੇ ਭਰੋਸਾ ਰੱਖਣਾ ਸਿੱਖ ਨੇ ਜੀ। ਇਹ ਹੁਣ ਤਾਂ ਇਹਨਾਂ ਹੀ ਛੋਟੀ ਛੋਟੀਆਂ ਗੱਲਾਂ ਮਗਰ ਵਿਕ ਗਏ ਵੀ ਵਜ਼ੀਰ ਬਣਾ ਤਾ ਸਾਰਾ, ਤੁਸੀਂ ਦੀਨ ਮਾਨ ਛੱਡ ਗਏ, ਬਾਅਦ 'ਚ ਬਦਨਾਮ ਵੀ ਹੋ ਗਏ। ਬਿਲਕੁਲ, ਪਰ ਗੁਰੂ ਨੇ ਜੇ ਤੁਹਾਡੇ ਨਾਲ ਵਾਅਦਾ ਕੀਤਾ ਨਾ ਕਿ ਰਾਜ ਕਰੇਗਾ ਖਾਲਸਾ, ਅਤੇ ਉਸ ਵੇਲੇ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਜੀ, ਉਦੋਂ ਰਤਨ ਸਿੰਘ ਭੰਗੂ ਨੇ ਇੱਕ ਬੜਾ ਵਧੀਆ ਹਵਾਲਾ ਦਿੱਤਾ। ਉਹ ਕਹਿੰਦਾ ਇਹਨਾਂ ਦੇ ਕੋਲ ਕੱਪੜਾ ਪਹਿਨਣ ਨੂੰ ਹੈ ਨਹੀਂ, ਪਾਟੇ ਹੋਏ ਆ, ਇਹਨਾਂ ਦਾ ਬੰਦਾ ਬਿਮਾਰ ਹੋ ਜਾਏ ਦਵਾਈ ਦੇ ਦੁੱਖੋਂ ਮਰ ਜਾਂਦਾ ਜੀ, ਔਰ ਇਹ ਜੰਗਲਾਂ 'ਚ ਰਹਿੰਦੇ ਆ, ਪਰ ਇਹ ਕਹਿੰਦੇ ਰਾਜ ਕਰੇਗਾ ਖਾਲਸਾ। ਵੀ ਸਾਡੇ ਗੁਰੂ ਨੂੰ ਸਾਡੇ ਨਾਲ ਵਾਅਦਾ ਕੀਤਾ ਕਿ ਮੈਂ ਤੁਹਾਨੂੰ ਰਾਜ ਦਊਂ, ਇਹਨ ਗਰੀਬ ਸਿੱਖਣ ਕੋ ਦੇਊ ਪਾਤਸ਼ਾਹੀ, ਅਤੇ ਜੇ ਗੁਰੂ ਨੇ ਸਾਡੇ ਨਾਲ ਵਾਅਦਾ ਕੀਤਾ ਤਾਂ ਗੁਰੂ ਸਾਨੂੰ ਰਾਜ ਦੇਊ, ਔਰ ਗੁਰੂ ਨੇ ਦਿੱਤਾ। ਬਿਲਕੁਲ, ਅੱਜ ਵੀ ਜਿਹੜਾ ਪੰਥ ਆ ਖਾਲਸਾ ਪੰਥ ਆ, ਇਹਨੂੰ ਭਰੋਸਾ ਗੁਰੂ 'ਤੇ ਰੱਖਣਾ ਚਾਹੀਦਾ, ਗੁਰੂ 'ਤੇ ਭਰੋਸਾ ਰੱਖ ਕੇ ਤੁਰੋ। ਜੇ ਨਹੀਂ ਰੱਖਿਆ ਤਾਂ ਹੁਣ ਜਗਜੀਤ ਸਿੰਘ ਜੀ ਦੇਖੋ, ਸਾਡੀ ਚਾਰ ਚਪੇਰੇ ਜਲੀਲ ਵੀ ਤਾਂ ਅਸੀਂ ਹੋ ਰਹੇ ਹਾਂ ਨਾ ਜੀ। ਬਿਲਕੁਲ, ਖੈਰਾ ਸਾਹਿਬ ਦੀ ਗੱਲ ਕੀਰਤੀ ਉੱਥੇ ਹੀ ਆ ਜਾਂਦੀ ਹੈ, ਜਬ ਲੱਗ ਖਾਲਸਾ ਰਹੇ ਨਿਆਰਾ, ਤਬ ਲੱਗ ਤੀਜ ਦਿਓ ਮੈਂ ਸਾਰਾ, ਜਬ ਇਹ ਕਹੇ ਬਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਤੇ ਜੇ ਆਪਾਂ ਗੁਰੂ ਸਾਹਿਬ ਦੀ ਪ੍ਰਤੀਤ ਲੈਣੀ ਹੈ, ਗੁਰੂ ਸਾਹਿਬ ਦਾ ਜਿਹੜਾ ਤੇਜ ਹੈ ਉਹ ਲੈਣਾ ਹੈ, ਅਸੀਂ ਸਾਨੂੰ ਸਿਧਾਂਤ ਦੇ ਨਾਲ ਜਿਹੜਾ ਸਮਝੌਤਾ ਹੈ ਉਹ ਨਹੀਂ ਕਰਨਾ ਚਾਹੀਦਾ। ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਅਤੇ ਜੇ ਤੁਹਾਡੇ ਜ਼ਹਿਨ ਦੇ ਵਿੱਚ ਕੋਈ ਸਵਾਲ ਹੋਵੇ ਜਾਂ ਤੁਹਾਨੂੰ ਲੱਗਦਾ ਹੋਵੇ ਕਿ ਕੋਈ ਚੀਜ਼ ਜਿਹੜੀ ਰੈਫਰੈਂਸਿਸ ਤੁਹਾਨੂੰ ਚਾਹੀਦੇ ਹੋਣ, ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 0121551001 'ਤੇ, ਜਾਂ ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@akaalchannel.tv 'ਤੇ। ਬਹੁਤ ਸਾਰੀ ਤੁਹਾਡੀ ਫੀਡਬੈਕ ਆਉਂਦੀ ਹੈ, ਉਸ ਦੇ ਲਈ ਅਸੀਂ ਤੁਹਾਡੇ ਸ਼ੁਕਰਗੁਜ਼ਾਰ ਹਾਂ, ਤੁਹਾਡੇ ਧੰਨਵਾਦ ਹਾਂ। ਅਤੇ ਅਖੀਰ 'ਤੇ ਫਤਿਹ ਦੀ ਸਾਂਝ ਪਾਉਂਦੇ ਹਾਂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ, ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।